ਉੱਥੇ ਜਨਾਬ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਕਿਸੇ ਨੂੰ ਕੁਛ ਕਹਿ ਸਕੇ। ਅੰਗਰੇਜ਼ ਦਾ ਨਿਜ਼ਾਮ ਐਡਾ ਸਖ਼ਤ ਸੀ ਕਿ ਅਗਰ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਪੁਲਿਸ ਆਈ ਆ ਤਾਂ ਉਹ ਰਸਤੇ ਛੱਡ ਜਾਣ ਸਾਨੂੰ। ਲੇਕਿਨ ਸਾਨੂੰ ਅਸੀਂ ਉਹਨਾਂ ਦੇ ਘਰ ਦਾ ਖਾਂਦੇ ਨਹੀਂ ਸੀ, ਉਹ ਦੁੱਧ ਸ਼ੁੱਧ ਜ਼ਰੂਰ ਪਿਆ ਦਿੰਦੇ ਸਨ ਸਾਨੂੰ। ਤੁਹਾਨੂੰ ਦੁੱਧ ਪਿਆ ਦਿੰਦੇ? ਦੁੱਧ ਪਿਆ ਦਿੰਦੇ ਸਨ, ਲੇਕਿਨ ਉਹਨਾਂ ਦੇ ਬੱਚੇ ਜਿਹੜੇ ਸਨ ਉਹ ਸੱਤ ਸੌ ਤਵੀਹ ਧਾਗਾ ਕਰਦੇ ਸਨ। ਅੱਛਾ, ਅਸੀਂ ਪੀਲ ਚ ਸਾਹ ਦਿੱਤਾ। ਅੱਛਾ ਅੱਛਾ ਅੱਛਾ, ਉਹ ਬੱਚੇ ਬਾਲ ਕੇ ਸਾਡੀ ਖਿਦਮਤ ਨਹੀਂ ਕਰਦੇ ਸਨ। ਅੱਛਾ, ਈਦ ਪੜ੍ਹ ਕੇ ਆਏ? ਈਦ ਪੜ੍ਹ ਕੇ ਆਇਆ ਤਾਂ ਆਉਂਦੇ ਪਤਾ ਲੱਗਾ ਕਿ ਅੰਮ੍ਰਿਤਸਰ ਵੀ ਹਿੰਦੁਸਤਾਨ ਜਾਂ ਗੁਰਦਾਸਪੁਰ ਹਿੰਦੁਸਤਾਨ। ਸਾਨੂੰ ਤਾਂ ਗੱਜ ਪੈ ਗਈ, ਅਸੀਂ ਤਾਂ ਬੇਹੋਸ਼ ਹੋ ਗਏ ਲੋਕ। ਬਹੁਤ ਮੰਦਾ ਹਾਲ ਹੋਇਆ ਸਾਡਾ ਜਨਾਬ, ਸਾਡੀਆਂ ਦੀ ਫੂੜੀਆਂ ਵਿਛ ਗਈਆਂ, ਸਾਡੇ ਕੋਈ ਔਰਤਾਂ ਚੀਖਾਂ ਮਾਰ ਰੋਣ ਡੇ ਪਏ। ਖੂਨ ਇੰਨਾ ਜ਼ਿਆਦਾ ਵਹਿ ਰਿਹਾ ਸੀ, ਇੰਨਾ ਜ਼ਿਆਦਾ ਰੋੜ ਪਿਆ, ਸਮਝ ਲਓ ਅਸੀਂ ਯਕੀਨ ਕਰੋ ਖੋਲਿਆ ਕਿੰਨਾ ਮੁਸਲਮਾਨ ਕਤਲ ਹੋਇਆ। ਯਾਨੀ ਤੁਸੀਂ ਕਿਹਾ ਵੀ ਖੂਨ ਵਗਦਾ ਪਿਆ ਸੀ ਜਿਸ ਤਰ੍ਹਾਂ ਪਾਣੀ ਵਗਦਾ ਹੈ, ਅੱਖਾਂ ਨਾਲ ਵੇਖ, ਇੰਨਾ ਅੱਖਾਂ ਨਾਲ ਵੇਖ, ਔਰ ਉਹ ਇੱਕ ਫੁੱਟ ਦੀ ਬੰਨੀ ਕ੍ਰਾਸ ਕਰ ਗਿਆ, ਬੰਨੀ ਤੋਂ ਉੱਤੋਂ ਦੀ ਟੱਪ ਕੇ ਵਿੱਚ ਪੈਂਦਾ ਸੀ ਉਹ ਛੱਪੜ, ਉਹ ਛੱਪੜ ਵਿੱਚ ਜਿਹਦੇ ਵਿੱਚ ਉਹ ਨਹਾਉਂਦੇ ਸੀ, ਅੱਜ ਇੱਥੇ ਮੱਸਿਆ ਨਹਾਉਂਦੇ ਸਨ। ਮਾਲ ਖੋ ਕੇ ਲੈ ਗਏ ਸਾਰਾ, ਜਿੰਨਾ ਲੋਕਾਂ ਕੋਲ ਆਇਆ ਸੀ ਐਨ ਨੰਗੇ ਕਰਕੇ ਸਾਨੂੰ ਕੱਢਿਆ ਉੱਥੋਂ ਬਟਾ ਲਿਓ। ਵੇਖਿਆ ਤਾਂ ਕਤਲੋ ਗੌਰ, ਬੰਦੇ ਮਰੇ ਪਏ ਨੰਗੇ ਪਏ, ਬੁਰਾ ਹਾਲ ਲੋਕ ਕਹਿੰਦੇ ਬੁਰੀ ਮੁਸੀਬਤ। ਉੱਥੋਂ ਹੀ ਅਸੀਂ ਪਾਣੀ ਪੀਂਦੇ ਰਹੇ ਉਸਦਾ ਦੇ ਕਿਸੋ ਰਾਵੀ ਦੇ ਜਿਹੜੇ ਵਿੱਚੇ ਬੰਦੇ ਮਰੇ ਪਏ, ਵਿੱਚੇ ਬੰਦੇ ਮਰੇ ਪਏ, ਵਿੱਚੋਂ ਪਾਣੀ ਪੀਤੀ ਜਾਓ, ਉੱਥੋਂ ਹੀ ਅਸੀਂ ਪਾਣੀ ਪੀ ਕੇ ਅਤੇ ਰਾਤ ਗੁਜ਼ਾਰੀ। ਉਹ ਕਹਾਣੀ ਜਿਹੜੀ ਹੈ ਨਾ ਉਹ ਆਉਂਦੀ ਹੈ ਯਾਦ, ਪੀੜਾਂ ਨਿਕਲਦੀਆਂ, ਪੀੜਾਂ ਨਿਕਲ, ਉਹ ਕਹਾਣੀ ਯਾਦ ਆਉਂਦੀ ਹੈ, ਉਹ ਜਿਹੜੀ ਦਾਸਤਾਂ ਨੇ ਗਮ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ ਔਰ ਦੇਸੀ ਇਨਫੋਟੇਨਰ ਦੀ ਅੱਜ ਦੀ ਮਹਿਫਲ ਨਾਲ ਜੁੜੇ ਹੋਏ ਸਾਰੇ ਪੰਜਾਬੀ ਮਿੱਤਰਾਂ ਨੂੰ ਸਤ ਬਿਸਮਿਲ੍ਲਾ ਅਤੇ ਜੀ ਆਇਆਂ ਨੂੰ ਅੱਜ ਦੀ ਮਹਿਫਲ ਦੇ ਵਿੱਚ। ਅੱਜ ਜਿਹੜੇ ਬਜ਼ੁਰਗ ਸਾਡੇ ਨਾਲ ਬੈਠੇ ਨੇ ਇਹਨਾਂ ਦਾ ਨਾਂ ਹੈ ਸੈਯਦ ਫਜ਼ਲ ਕਰੀਮ ਸ਼ਾਹ, ਇਹਨਾਂ ਦੇ ਵਾਲਿਦ ਸਾਹਿਬ ਦਾ ਨਾਂ ਮੁਹੰਮਦ ਸ਼ਰੀਫ ਸ਼ਾਹ, ਕੌਮ ਸੈਯਦ, ਚੌਧਰੀ ਵਾਲਾ ਪਿੰਡ ਸੀ ਇਹਨਾਂ ਦਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਹਰ ਕਹਾਣੀ ਉਜਾੜੇ ਦੀ ਜਿਹੜੀ ਹੈ ਆਪਣੇ ਅੰਦਰ ਦੁੱਖ, ਪੀੜਾਂ, ਰੋਗ ਲੁਕਾ ਕੇ ਬੈਠੀ ਹੈ। ਅਸੀਂ ਇਹ ਕਹਾਣੀਆਂ ਲੱਭਦੇ ਲੱਭਦੇ ਅੱਜ ਜਿਹੜੇ ਪਿੰਡ ਵਿੱਚ ਪਹੁੰਚੇ ਹਾਂ, ਇਹ ਪਿੰਡ ਵੀ ਚੌਧਰੀ ਵਾਲਾ ਹੈ, ਕਿਉਂਕਿ ਉੱਥੇ ਜਿਹੜੇ ਚੌਧਰੀ ਵਾਲੇ ਪਿੰਡ 'ਚ ਰਹਿਣ ਵਾਲੇ ਲੋਕ ਸੀ, ਉਹਨਾਂ ਨੇ ਜਿਹੜਾ ਪਿੰਡ ਇੱਥੇ ਆ ਕੇ ਆਬਾਦ ਕੀਤਾ, ਔਰ ਇਹ ਆਬਾਦ ਉਸ ਵੇਲੇ ਹੋ ਗਿਆ ਜਿਸ ਵੇਲੇ ਸਾਂਦਲ ਬਾਰ ਆਬਾਦ ਹੋਈ। ਸਾਂਦਲ ਬਾਰ ਆਬਾਦ ਹੋਣ ਵਾਲੇ ਵੇਲੇ ਵੀ ਇੱਥੇ ਇੱਕ ਪਿੰਡ ਆਬਾਦ ਹੋਇਆ ਚੌਧਰੀ ਵਾਲਾ, ਕਿਉਂਕਿ ਇਹ ਉੱਥੋਂ ਦੇ ਲੋਕ ਸੀ ਜਿਨ੍ਹਾਂ ਨੇ ਆ ਕੇ ਪਿੰਡ ਆਬਾਦ ਕੀਤਾ ਸੀ। ਲੇਕਿਨ ਬਾਬਾ ਜੀ ਫਜ਼ਲ ਕਰੀਮ ਸ਼ਾਹ ਸਾਹਿਬ ਦੀ ਫੈਮਿਲੀ ਆਖਰੀ ਵਕਤ ਤੱਕ ਉੱਥੇ ਰਹੀ, ਕੀ ਕੁਝ ਵੇਖਿਆ, ਕੀ ਕੁਝ ਭੋਗੀਆਂ, ਅੱਜ ਅਸੀਂ ਇਹ ਗੱਲ ਕਰਨੀ ਇਹਨਾਂ ਨਾਲ। ਬਾਬਾ ਜੀ ਪਿੰਡ ਚੌਧਰੀ ਵਾਲਾ, ਹਾਂਜੀ ਜਨਾਬ, ਇਹਦੇ ਆਸੇ ਪਾਸੇ ਦੇ ਕਿਹੜੇ ਕਿਹੜੇ ਪਿੰਡ ਸੀ? ਉਹਦੇ ਲਾਗੇ ਜਨਾਬ ਬਦੋਵਾਲ, ਬੁਜਿਆਲੀ, ਸਦਾ ਰੰਗ, ਅਮਨ ਨਗਰ, ਰੰਗਨ ਨਗਰ, ਹਾਂਜੀ ਸੁੱਕਾ ਚਿੜਾ। ਅੱਛਾ, ਇਹ ਸਿੱਖਾਂ ਦੇ ਪਿੰਡ ਸਨ ਸਾਰੇ, ਲੇਕਿਨ ਮੁਸਲਮਾਨਾਂ ਜਿਹੜਾ ਸੀ ਸਾਡਾ ਇੱਕੋ ਹੀ ਚੌਧਰੀ ਵਾਲਾ ਸੀ, ਔਰ ਇਹ ਵੀ ਚੌਧਰੀ ਵਾਲੇ ਦੇ ਰਹਿਣ ਵਾਲੇ ਸਨ, ਇਹ ਚੌਧ ਸਾਹਿਬ ਜਿਹੜੇ ਸਨ। ਹਾਂਜੀ, ਇਹਨਾਂ ਦਾ ਇੱਕ ਆਪਣਾ ਇਹਨਾਂ ਦਾ ਦਾਦਾ ਉੱਥੇ ਇੱਕ ਰਿਹਾਇਸ਼ ਉਹਨੂੰ ਉੱਥੇ ਕੀਤੀ ਸੀ, ਠੀਕ ਠਾਕ ਚੌਧਰੀ ਸੀ,
ਉਹਦੀ ਚੰਗੀ ਭਲੀ ਚੱਲਦੀ ਸੀ। ਅੱਛਾ, ਇਹ ਤੁਸੀਂ ਸਾਨੂੰ ਦੱਸਿਆ ਵੀ ਚੌਧਰੀ ਵਾਲੇ ਪਿੰਡ ਵਿੱਚ ਮੁਸਲਮਾਨ ਸਨ ਅਤੇ ਆਸੇ ਪਾਸੇ ਸਾਰੇ ਮੁਸਲਮਾਨ ਜ਼ਿਆਦਾ ਸਨ ਅਤੇ ਆਲੇ ਹਿੰਦੂ ਬ੍ਰਾਹਮਣ ਔਰ ਕੀ ਕਹਿਣਾ ਚਾਹੀਦਾ ਸਿੱਖ ਸਿੱਖ ਚੂੜੇ ਹੀ ਸਨ ਜ਼ਿਆਦਾ ਬਜਵੀ ਜਾਇਆ ਉਹਨਾਂ ਵਾਰ ਰੱਖੇ ਸਨ ਮਜ਼ਹਬੀ ਮਜ਼ਹਬੀ ਹੁੰਦੇ ਸੀ ਉਹਨਾਂ ਨੂੰ ਮਜ਼ਹਬੀ ਕਿਹਾ ਜਾਂਦਾ ਸੀ ਜਿਹੜੇ ਸਿਰ ਉਦੋਂ ਕੱਟੇ ਸਿਰ ਗੰਜੇ ਸਨ ਉਹ ਚੁਗਲੇ ਸਨ ਈਸਾਈ ਉਹ ਈਸਾਈ ਅਖਵਾਉਂਦੇ ਸਨ ਆਪ ਨੂੰ ਆਪਣੇ ਆਪ ਨੂੰ ਈਸਾਈ ਅਖਵਾਉਂਦੇ ਸੀ ਹਾਂਜੀ ਹਾਂਜੀ ਅੱਛਾ ਮੁਸਲਮਾਨਾਂ ਦਾ ਕਿੰਨੇ ਕੁ ਘਰ ਹੈ ਸੀ ਪਿੰਡ ਵਿੱਚ ਹਾਂਜੀ ਮੁਸਲਮਾਨਾਂ ਦੇ ਪਿੰਡ ਵਿੱਚ ਕਿੰਨੇ ਕੁ ਘਰ ਸੀ ਪਿੰਡ ਹੀ ਸਾਰਾ ਮੁਸਲਮਾਨਾਂ ਦੇ ਚੰਦ ਘਰ ਇਹ ਲੋਕ ਸਨ ਚੰਦ ਘਰ ਇਹਨਾਂ ਦੇ ਸੀ ਮੁਸਲਮਾਨ ਪੰਜ ਨੰਬਰਦਾਰੀਆਂ ਸਨ ਸਾਡੇ ਪਿੰਡ ਤੁਹਾਡੇ ਪਿੰਡ ਚੌਧਰੀ ਵਾਲੇ ਦੀਆਂ ਪੰਜ ਨੰਬਰਦਾਰੀਆਂ ਸੀ ਪੰਜ ਨੰਬਰਦਾਰੀਆਂ ਅੱਛਾ ਜਿਹੜੇ ਨੰਬਰਦਾਰ ਸੀ ਉਹਨਾਂ ਦੇ ਕੁਝ ਨਾਂ ਯਾਦ ਨੇ ਤੁਹਾਨੂੰ ਹਾਂ ਹਾਂ ਦੱਸੋ ਸਾਨੂੰ ਜ਼ਰਾ ਫਕੀਰ ਮੁਹੰਮਦ ਅੱਛਾ ਮੀਰਾ ਬਖਸ਼ ਮੀਰਾ ਬਖਸ਼ ਅਬਦੁਲ ਰਹੀਮ ਅਬਦੁਲ ਰਹੀਮ ਅਮਰ ਜਾਈ ਸੀ ਉਹਨਾਂ ਦਾ ਇਹਨਾਂ ਨਾਲ ਲੱਗਦਾ ਸੀ ਉਹ ਅੱਛਾ ਔਰ ਅਬਦੁਲ ਰਹੀਮ ਮੀਰਾ ਬਖਸ਼ ਫਕੀਰ ਮੁਹੰਮਦ ਤਿੰਨ ਦੋ ਹੋਰ ਸਨ ਉਹਨਾਂ ਦਾ ਨਾਮ ਯਾਦ ਨਹੀਂ ਹੈ ਮੁਸਲਮਾਨਾਂ ਦੀ ਕਿਹੜੀ ਕਿਹੜੀ ਬਰਾਦਰੀਆਂ ਬੈਠੀਆਂ ਸੀ ਉੱਥੇ ਮੁਸਲਮਾਨਾਂ ਦੀ ਸਿਰਫ ਜੱਟ ਬਰਾਦਰੀ ਸੀ ਬਾਕੀ ਘੁਮਿਆਰ ਸਨ ਮੁਸਲਮਾਨ ਔਰ ਦੂਸਰੇ ਲੋਕ ਵੀ ਮੁਸਲਮਾਨ ਹੋਰ ਵੀ ਬੈਠੇ ਸਨ ਲੇਕਿਨ ਜੱਟ ਜ਼ਿਆਦਾ ਸੀ ਜੱਟ ਜ਼ਿਆਦਾ ਬਰਾਦਰੀ ਸਾਰੀ ਜੱਟਾਂ ਦੀ ਗਾਦੜੀ ਜੱਟ ਜਿਹੜੇ ਨੇ ਹਾਂਜੀ ਅੱਛਾ ਸਾਨੂੰ ਇਹ ਦੱਸੋ ਵੀ ਸੈਯਦਾਂ ਲੇਕਿਨ ਹੋਰ ਕੌਮਾਂ ਵੀ ਸਾਰੀਆਂ ਸਨ ਜਿੰਨੀਆਂ ਹੈ ਤਾਂ ਨਾ ਕੌਮਾਂ ਘੁਮਿਆਰ ਉੱਥੇ ਜਲਾਏ ਮੋਤੀ ਲੋਕ ਵਗੈਰਾ ਮੁਸਲਮਾਨ ਇਹ ਵੀ ਲੋਕ ਹੈ ਸਰ ਅੱਛਾ ਸਾਨੂੰ ਇਹ ਦੱਸੋ ਵੀ ਸੈਯਦਾਂ ਦੇ ਘਰ ਕਿੰਨੇ ਕੁ ਸੀ ਹਾਂਜੀ ਸੈਯਦਾਂ ਦੇ ਘਰ ਪੀਰਾਂ ਦੇ ਘਰ ਕਿੰਨੇ ਕੁ ਸੀ ਸੈਯਦਾਂ ਦੇ ਘਰ ਦੋ ਘਰ ਸਨ ਇੱਕ ਫਜ਼ਲ ਸ਼ਾਹ ਸੀ ਅਤੇ ਇੱਕ ਸੱਦੇਰੇ ਵਾਲੇ ਦਾ ਨਾਮ ਮੁਹੰਮਦ ਸ਼ਰੀਫ ਸੀ ਉਹ ਜਿਹੜਾ ਫਜ਼ਲ ਸ਼ਾਹ ਸੀ ਉਹ ਭੰਗ ਜਿਹਾ ਪੀਂਦਾ ਸੀ ਔਰ ਹੈ ਉਹ ਸ਼ੀਆ ਸੀ ਲੇਕਿਨ ਅਸੀਂ ਸੁਣੇ ਸਨ ਤੁਸੀਂ ਸੁਣੀ ਸੀ ਹਾਂਜੀ ਠੀਕ ਹੈ ਠੀਕ ਹੈ ਅੱਛਾ ਸ਼ਾਹ ਸਾਹਿਬ ਇਹ ਦੱਸੋ ਸਾਨੂੰ ਆਸੇ ਪਾਸੇ ਜਿਹੜੇ ਸਿੱਖਾਂ ਦੇ ਪਿੰਡ ਸੀ ਉਹਨਾਂ 'ਚ ਚੰਦ ਲੋਕ ਮੁਸਲਮਾਨ ਵੀ ਸਨ ਵਿੱਚ ਉਹਨਾਂ ਪਿੰਡਾਂ 'ਚ ਜਿਹੜੇ ਸਿੱਖ ਨਹੀਂ ਸਨ ਮੁਸਲਮਾਨ ਵੀ ਸਨ ਉਹ ਤੋਂ ਬਾਅਦ 'ਚ ਤੁਹਾਨੂੰ ਦੱਸਾਂਗਾ ਵੀ ਉਹ ਮੁਸਲਮਾਨ ਕਿਸ ਤਰ੍ਹਾਂ ਉਹ ਆਏ ਅੱਛਾ ਆਪਾਂ ਉਹਨਾਂ ਪਿੰਡਾਂ ਦੀ ਗੱਲ ਕਰਨੀ ਆ ਤੁਸੀਂ ਜਦੋਂ ਉੱਥੋਂ ਆਏ ਹੋ ਜਦੋਂ ਤੁਸੀਂ ਉੱਥੋਂ ਆਏ ਹੋ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਮੇਰੀ ਉਮਰ 15 ਸਾਲ ਦੀ 15 ਸਾਲ ਸੀ ਮੈਂ ਪ੍ਰਾਇਮਰੀ ਪਾਸ ਕਰਕੇ ਹਟਿਆ ਸਾਂ ਯਾਨੀ ਕਾਫੀ ਫਿਰ ਮੈਂ ਦਾਖਲ ਨਹੀਂ ਹੋਇਆ ਉਦੋਂ ਪ੍ਰਾਇਮਰੀ ਜਿਹੜੀ ਸੀ ਉਹ 6 ਜਮਾਤਾਂ ਦੀ ਸੀ 6 ਜਮਾਤਾਂ ਤੁਸੀਂ ਪਾਸ ਕਰ ਲਈਆਂ ਉੱਪਰ ਬਾਅਦ 'ਚ ਆ ਕੇ ਪ੍ਰਾਇਮਰੀ 5 ਦੀ ਹੋਈ ਅੱਛਾ 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 6 ਜਮਾਤਾਂ ਤੁਸੀਂ ਉੱਥੇ 6 ਜਮਾਤਾਂ ਮੈਂ ਕੀਤੀਆਂ ਸਰ ਇੱਕ ਸਾਡਾ ਮਾਸਟਰ ਮੁਸਲਮਾਨ ਸੀ ਇੱਕ ਉਹ ਹੈ ਕਿ ਸਹੀ ਬਾਣੀਆਂ ਬਾਣੀਆਂ ਉਹਦਾ ਕੀ ਨਾਂ ਸੀ ਬਾਣੀਆਂ ਦਾ ਨਾਂ ਸੀ ਫਕੀਰ ਚੰਦ ਕੀ ਸੀ ਫਕੀਰ ਚੰਦ ਫਕੀਰ ਚੰਦ ਉਹਦਾ ਨਾਂ ਸੀ ਫਜ਼ਲ ਕਰੀਮ ਜਿਹੜਾ ਮੁਸਲਮਾਨ ਸੀ ਅੱਛਾ ਅੱਛਾ ਇਹ ਤੁਹਾਡਾ ਸਕੂਲ ਕਿਹੜੀ ਜਗ੍ਹਾ 'ਤੇ ਸੀ ਹਾਂਜੀ ਤੁਹਾਡਾ ਸਕੂਲ ਕਿੱਥੇ ਕਰਕੇ ਸੀ ਚੌਧਰੀ ਵਾਲੇ ਵਿੱਚ ਹੀ ਚੌਧਰੀ ਵਾਲੇ ਵਿੱਚ ਹੀ ਕੋਈ ਸਕੂਲ ਸੀ 6 ਜਮਾਤਾਂ ਦਾ ਹਾਂਜੀ ਔਰ ਲਾਗੇ ਪਿੰਡਾਂ 'ਚ ਵੀ ਆਮ ਆਇਆ ਸਰ ਪ੍ਰਾਇਮਰੀ ਹਿੱਸੇ ਜਾਂ ਲਾਗੇ ਇੱਕ ਹੈ ਸਰਦਾਰਾਂ ਦਾ ਪਿੰਡ ਸੀ ਰੰਗਣ ਡੰਗਲ ਉਹ ਸਰਦਾਰ ਸਰ ਉਹ ਜਗੀਰਦਾਰ ਲੋਕ ਸਨ ਅੱਛਾ ਔਰ ਉਹ ਪੰਜਾਂ 4 ਪਿੰਡਾਂ ਦੇ ਮਾਲਕ ਸਨ ਅੱਛਾ ਅੱਛਾ ਉਹਨਾਂ ਦੀ ਜਗੀਰ ਸੀ ਉਹ ਸਾਰੀ ਅੱਛਾ ਅੱਛਾ ਅੰਮ੍ਰਿਤਸਰ ਉਹਨਾਂ ਦਾ ਕਰਮ ਸਿੰਘ ਕੰਡਰਾ ਸਿੰਘ ਕੰਡਰਾ ਕਰਮ ਸਿੰਘ ਦਾ 12 ਖੂਹ ਉਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਚੱਲਦੇ ਸਨ ਉਹ ਐਡੇ ਜਗੀਰਦਾਰ ਸਿੱਖ ਸਨ ਸਰਦਾਰ ਹੋਣੇ ਸਨ ਹਰੀ ਸਿੰਘ ਸਰਦਾਰ ਮਹਿੰਦਰ ਸਿੰਘ ਸਰਦਾਰ ਹੋਰ ਵੀ 2-3 ਆਇਆ ਸਨ ਯਾਨੀ ਇਹ ਉਹਨਾਂ ਦੇ ਨਾਂ ਸਨ ਬਾਬਾ ਜੀ ਉਹਨਾਂ 'ਚੋਂ ਮਸ਼ਹੂਰ ਮਹਿੰਦਰ ਸਿੰਘ ਸੀ ਹਾਂਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਹਰੀ ਸਿੰਘ ਰਣਜੋਤ ਸਿੰਘ ਤਿੰਨ ਰਣਜੋਤ ਸਿੰਘ ਹਾਂਜੀ ਇਹ ਜ਼ਿਆਦਾ ਯਾਸ਼ ਖਿਆਲ ਦਾ ਸੀ ਰਣਜੋਤ ਸਿੰਘ ਜਿਹੜਾ ਸੀ ਰਣਜੋਤ ਸਿੰਘ ਜਿਹੜਾ ਇਸ਼ਾਸ਼ ਸੀ ਮਹਿੰਦਰ ਸਿੰਘ ਜਿਹੜਾ ਸੀ ਉਹ ਠੀਕ ਠਾਕ ਮੰਗਾ ਸੀ
ਅੱਛਾ ਅੱਛਾ ਉਹਨੂੰ ਘੁਲਣ ਦੀ ਆਦਤ ਸੀ ਘੁਲਣ ਦੀ ਘੁਲਦੀ ਪਹਿਲਵਾਨ ਬਣਦੀ ਅੱਛਾ ਉਹਨੂੰ ਆਪਣੇ ਯਾਨੀ ਕਿ ਬਰਾਂਡੇ ਦੇ ਵਿੱਚ ਰੇਤ ਪਾਈ ਸੀ ਤੇ ਉਹਨਾਂ ਨੂੰ ਪਹਿਲਵਾਨਾਂ ਨੂੰ ਬੁਲਾ ਕੇ ਉਹਨਾਂ ਨੂੰ ਤਨਖਾਹ ਦਿੰਦਾ ਸੀ ਅੱਛਾ ਤੇ ਉਹਨਾਂ ਦਾ ਯਾਨੀ ਜ਼ੋਰਦਾਰ ਕਰਦਾ ਸੀ ਉਹ ਪਹਿਲਵਾਨੀ ਸਿੱਖਦਾ ਸੀ ਉਹਨਾਂ ਕੋਲ ਅੱਛਾ 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 ਉਸ ਤੋਂ ਬਾਅਦ ਉਹ ਸ਼ਾਦੀ ਨਹੀਂ ਸੀ ਕਰਾਉਂਦਾ ਮਹਿੰਦਰ ਸਿੰਘ ਨੂੰ ਪਹਿਲਵਾਨੀ ਦਾ ਬੜਾ ਸ਼ੌਕ ਸੀ ਪਹਿਲਵਾਨੀ ਦਾ ਬੜਾ ਸ਼ੌਕ ਸੀ ਮੈਨੂੰ ਅੱਛਾ ਪਹਿਲਵਾਨਾਂ ਨੂੰ ਉਹਨੇ ਪੈਸੇ ਦੇ ਕੇ ਮੰਗਵਾਉਣਾ ਦੇ ਕੇ ਪਹਿਲਵਾਨਾਂ ਉਹਨਾਂ ਨਾਲ ਜ਼ੋਰ ਕਰਨਾ ਹਾਂ ਵੀ ਉਹ ਕਰਾਵਾਂਗਾ ਆਪਣਾ ਉਹਦਾ ਦਾ ਦੁਖਾ ਪੁੱਛਣੇ ਕਿਹੜੇ ਕਿਹੜੇ ਦਾ ਨੇ ਅੱਛਾ ਕਿਸ ਨਾਲ ਆਉਣਾ ਦਾ ਕਿਸ ਨਾਲ ਪਰਚਾ ਕਰਾਂ ਇਹ ਸਾਰੇ ਉਹ ਪੁੱਛ ਕੇ ਅਤੇ ਸ਼ਾਦੀ ਨਹੀਂ ਸੀ ਕਰਾਉਂਦਾ ਅੱਛਾ ਉਹਦੇ ਭਰਾ ਨੇ ਬੜਾ ਜ਼ੋਰ ਲਾਇਆ ਵੀ ਪਿਓ ਨੇ ਸ਼ਾਦੀ ਕਰਾ ਲਾ ਔਰ ਬੜੀ ਬੜੀ ਖੂਬਸੂਰਤ ਔਰਤਾਂ ਦਾ ਅੱਛਾ ਅਖੀਰ ਕੀ ਹੋਇਆ ਅਖੀਰ ਹੋ ਗਿਆ ਆਪਣੀ ਜਗੀਰ ਲਾਗੇ ਜਾਲੀਆਂ ਪੈਂਦੇ ਸੀ ਉਹਨਾਂ ਦੀ ਜਗੀਰ ਅੱਛਾ ਉੱਥੇ ਇੱਕ ਸੈਨ ਪਾਥੀਆ ਪੱਥਦੀ ਸੀ ਹੁੰਦੀ ਅੱਛਾ ਗੋਆ ਪੱਥਦੀ ਅੱਛਾ ਉਹ ਗੋਆ ਪਾਥੀ ਪਾਥੀ ਤੇ ਭੈਣ ਚ ਲਾਸ਼ ਕੋ ਅੱਛਾ ਅੱਛਾ ਉਹ ਉਹ ਸੈਨ ਕਰ ਲਈ ਪਿਓ ਦਾ ਰੋਂਦਾ ਰਿਹਾ ਉਹਨਾਂ ਆਖਿਆ ਨਹੀਂ ਮੈਂ ਨਹੀਂ ਇਹਨੂੰ ਛੱਡਣਾ ਹੁਣ ਮੇਰਾ ਦਿਲ ਇੱਥੇ ਆ ਗਿਆ ਓਏ ਹੋਏ 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 ਇਹ ਦਿਲ ਇਹ ਦਿਲ ਕਮਲਾ ਹੁੰਦਾ ਹੈ ਕਮਲਾ ਹੋ ਗਿਆ ਉਹਦੇ ਪਤਾ ਨਹੀਂ ਸੈਨ ਨੇ ਕੀ ਚਲਾਉਂ ਕਰਦਾ ਹੁੰਦਾ ਤੇ ਅੱਛਾ ਅੱਛਾ ਉਸ ਤੋਂ ਬਾਅਦ ਇਹ ਹੋਇਆ ਕਿ ਆਪਣਾ ਉਹ ਸਾਰੇ ਪਿੰਡ ਜਿਹੜੇ ਸਨ ਲਾਗੇ ਲਾਗੇ ਸਿੱਖਾਂ ਦੇ ਸਨ ਸਿਰਫ ਮੁਸਲਮਾਨ ਇੱਕ ਬੜਾ ਵੱਡਾ ਪਿੰਡ ਸੀ ਸਾਡਾ ਬਹੁਤ ਕਾਫੀ ਤੋਂ ਮੇਰਾ ਖਿਆਲ ਆ ਕਮ ਅਜ਼ ਕਮ ਦੋ ਤਿੰਨ ਚਾਰ ਮੁਰੱਬੇ 'ਚ ਹੋਣਾ ਦੋ ਮੁਰੱਬੇ 'ਚ ਅੱਛਾ ਇੰਨਾ ਵੱਡਾ ਪਿੰਡ ਸੀ ਠੀਕ ਹੈ ਅਤੇ ਬਾਕੀ ਉਹ ਐਸੇ ਤਰ੍ਹਾਂ ਹੀ ਉਹ ਫਿਰ ਮੈਂ ਛੇਵੀਂ ਜਮਾਤ ਪਾਸ ਕਰਕੇ ਅਤੇ ਆਪਣਾ ਫਿਰ ਬਾਪ ਮੇਰੇ ਬੜਾ ਜ਼ੋਰ ਲਾਇਆ ਲਾਗੇ ਸਕੂਲ ਸੀ ਅੰਮ੍ਰਿਤਸਰ ਦੇ ਜਿਹੜੇ ਰੰਗਣ ਨਗਰ ਸਿੱਖ ਪਿੰਡ ਸਾਡਾ ਪਿੰਡ ਜਿਹੜਾ ਸੀ ਬਾਰਡਰ 'ਤੇ ਤੁਹਾਡਾ ਪਿੰਡ ਬਾਰਡਰ 'ਤੇ ਸੀ ਬਾਰਡਰ 'ਤੇ ਯਾਨੀ ਥੋੜ੍ਹੀ ਦੂਰ ਅੱਗੇ ਅੰਮ੍ਰਿਤਸਰ ਆ ਜਾਂਦਾ ਜ਼ਿਲ੍ਹਾ ਅੰਮ੍ਰਿਤਸਰ ਹੁੰਦਾ ਸੀ ਅਸੀਂ ਜ਼ਿਲ੍ਹਾ ਗੁਰਦਾਸਪੁਰ 'ਚ ਸਾਡੀ ਤਹਿਸੀਲ ਬਟਾਲਾ ਸੀ ਜ਼ਿਲ੍ਹਾ ਗੁਰਦਾਸਪੁਰ ਸੀ ਬਟਾਲਾ ਸਭ ਤੋਂ ਸੱਤ ਕੋਹ ਦੇ ਫਾਸਲੇ ਸੀ ਉਦੋਂ ਕੋਹ ਹੁੰਦੇ ਸਨ ਅੱਛਾ ਵੀ ਨਹੀਂ ਸੀ ਹੁੰਦੇ ਠੀਕ ਹੈ ਠੀਕ ਹੈ ਠੀਕ ਅਸੀਂ ਜਿਹੜੀ ਚੀਜ਼ ਲੈਣ ਜਾਣਾ ਉੱਥੇ ਜਾਣਾ ਜਨਾਬ ਬਟਾਲੇ ਜਾਣਾ ਉੱਥੋਂ ਚੀਜ਼ਾਂ ਲਿਆਉਣੀਆਂ ਖਾਣ ਪੀਣ ਵਾਲੇ ਦੀਆਂ ਵਰਤੋਂ ਚੀਜ਼ਾਂ ਇਹੋ ਜਿਹੀਆਂ ਜ਼ਰੂਰ ਹੈ ਉੱਥੇ ਜ਼ਿੰਦਗੀ ਯਾਨੀ ਉੱਥੋਂ ਲੈ ਕੇ ਆਉਣਾ ਅੱਛਾ ਬਟਾਲੇ ਜਨਾਬ ਇਨਕਲਾਬ ਆ ਗਿਆ ਇਨਕਲਾਬ ਦੀ ਗੱਲਾਂ ਆਪਾਂ ਬਾਅਦ 'ਚ ਕਰਨੇ ਹਾਂ ਇਹ ਦੱਸੋ ਵੀ ਬਟਾਲਿਓਂ ਕਿਹੜੇ ਤੁਸੀਂ ਬਟਾਲੇ ਕਿਹੜੀ ਜਗ੍ਹਾ ਜਾਂਦੇ ਹੁੰਦੇ ਸੀ ਬਟਾਲਾ ਤਹਿਸੀਲ ਬਟਾਲਾ ਬਟਾਲਾ ਸਭ ਤੋਂ ਸੱਤ ਕੋਹ ਸੀ ਸਾਡੇ ਪਿੰਡ 'ਚੋਂ ਸੱਤ ਕੋਹ ਬਟਾਲਾ ਕਾਹਦੇ 'ਤੇ ਜਾਂਦੇ ਸੀ ਬਹਿ ਕੇ ਅਸੀਂ ਪੈਦਲ ਹੀ ਜਾਂਦੇ ਪੈਦਲ ਸਾਡਾ ਰਵੀਆ ਹੀ ਪੈਦਲ ਸਾ ਆਮ ਗਾਹੇ ਗਾਹੇ ਟਾਂਗਾ ਹੁੰਦਾ ਸੀ ਉਹ ਪੈਸੇ ਲੈਂਦੇ ਸਨ ਲੇਕਿਨ ਅਸੀਂ ਸਵੇਰੇ ਸਵੇਰੇ ਤੁਰ ਪੈਂਦੇ ਸਾਂ ਅਤੇ ਸ਼ਾਮ ਨੂੰ ਆ ਜਾਂਦੇ ਸਾਂ ਕੋਈ ਖਤਰਾ ਨਹੀਂ ਸੀ ਅੱਛਾ 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 ਅਤੇ ਬਟਾਲੇ ਕਿਹੜੀ ਜਗ੍ਹਾ ਜਾਂਦੇ ਸੀ ਕੋਈ ਯਾਦ ਹੈ ਜਗ੍ਹਾ ਬਟਾਲੇ ਯਾਰ ਅਸੀਂ ਅਚਲੀ ਦਰਵਾਜ਼ਾ ਆਉਂਦਾ ਹੁੰਦਾ ਸੀ ਪਹਿਲਾਂ ਚਿੜੀ ਦਰਵਾਜ਼ਾ ਅਚਲੀ ਦਰਵਾਜ਼ਾ ਬਟਾਲੇ ਦਾ ਅਚਲੀ ਦਰਵਾਜ਼ਾ ਅਚਲੀ ਉਸ ਤੋਂ ਬਾਅਦ ਜਦੋਂ ਸ਼ਹਿਰੋਂ ਅਸੀਂ ਬਾਹਰ ਨਿਕਲ ਲੱਗਦੇ ਸਨ ਉੱਥੇ ਤੇਲੀ ਦਰਵਾਜ਼ਾ ਆ ਜਾਂਦਾ ਤੇਲੀ ਦਰਵਾਜ਼ਾ ਤੇਲੀ ਦਰਵਾਜ਼ਾ ਉਹਨੂੰ ਤੇਲੀ ਦਰਵਾਜ਼ਾ ਕਿਉਂ ਉਹ ਨਾ ਹੀ ਇਸ ਤੋਂ ਪਿਆਰ ਸੀ ਉਸ ਵੇਲੇ ਮੁਸ਼ਕਾਇਤ ਸੀ ਅਚਲੀ ਦਰਵਾਜ਼ੇ ਉਹ ਤੇਲੀ ਦਰਵਾਜ਼ੇ ਅੰਦਰ ਦੁਕਾਨਾਂ ਸ਼ਹਿਰ ਖਰੀਦੋ ਫਰੋਖਤ ਦਾ ਮਸਲਾ ਸਾਰਾ ਔਰ ਜਦੋਂ ਤੇਲੀ ਦਰਵਾਜ਼ਾ ਬਾਹਰ ਲੰਘਦਾ ਨਾ ਉਦੋਂ ਫਰਨੀਚਰ ਵਗੈਰਾ ਜਾਂ ਤਹਿਸੀਲ ਆਪਣਾ ਜਾਂ ਥਾਣਾ ਇਹ ਤੇਲੀ ਦਰਵਾਜ਼ੇ ਬਾਹਰ ਬਾਹਰ ਸਰ ਠੀਕ ਹੈ ਠੀਕ ਹੈ ਠੀਕ ਹੈ ਅੱਛਾ 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 ਆਸੇ ਪਾਸੇ ਸਿੱਖਾਂ ਦੇ ਹੋਰ ਪਿੰਡ ਕਿਹੜੇ ਸੀ ਸਿੱਖਾਂ ਦੇ ਇਹ ਪਿੰਡ ਸਰ ਜੋ ਚੋਣੇ ਚੋਣੇ ਗੰਡਾ ਸਿੰਘ ਦੇ ਪੰਬੋਈ ਵਗੈਰਾ ਆਇਆ ਜਾਂ ਕੀ ਕਹਿਣਾ ਜਾਮੋ ਨਗਰ ਨੰਗੋ ਨੰਗਲ ਸੁੱਕਾ ਚਿੜਾ ਬੁਝਿਆ ਵਾਲੀ ਬਦੋ ਸਦਾ ਰੰਗ ਅੱਛਾ ਅੱਛਾ ਇਹ ਯਾਨੀ ਸਾਡੇ ਵੀਰ ਵੀਰ ਦੇ ਫਾਸਲੇ ਦਾ ਠੀਕ ਹੈ
ਹਾਂ ਜੀ ਜ਼ਿਲ੍ਹਾ ਗੁਰਦਾਸਪੁਰ ਤੋਂ। ਅੱਛਾ, ਇਹਨਾਂ ਨਾਲ ਮੁਸਲਮਾਨਾਂ ਦੇ ਤਾਲੁਕਾਤ ਕਿਸ ਤਰ੍ਹਾਂ ਦੇ ਸੀ? ਹਾਂਜੀ, ਮੁਸਲਮਾਨਾਂ ਦੇ ਤਾਲੁਕਾਤ ਕਿਸ ਤਰ੍ਹਾਂ ਦੇ ਸੀ? ਮੁਸਲਮਾਨ ਆਮ ਹੀ ਅਸੀਂ ਉੱਥੇ ਵੱਸਦੇ ਸਨ, ਰਲ ਮਿਲ ਕੇ, ਕੋਈ ਪਤਾ ਨਹੀਂ ਸੀ ਵੀ ਆਉਂਦੇ ਐਵੇਂ ਉਹ ਕੋਈ ਅੰਗਰੇਜ਼ੀ ਅੰਗਰੇਜ਼ ਬੰਦਾ ਰਾਤ ਸੀ ਉੱਥੇ। ਜਨਾਬ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਕਿਸੇ ਨੂੰ ਕੁਛ ਕਹਿ ਸਕੇ। ਅੰਗਰੇਜ਼ ਦਾ ਨਿਜ਼ਾਮ ਐਡਾ ਸਖਤ ਸੀ ਕਿ ਅਗਰ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਪੁਲਿਸ ਆਈ ਆ ਤਾਂ ਉਹ ਰਸਤੇ ਛੱਡ ਜਾਂਦੇ ਸਾਨੂੰ ਅਤੇ ਉੱਥੇ ਪੁਲਿਸ ਆਈ। ਅੱਛਾ, ਪੁਲਿਸ ਸਖਤ ਵਾਲੀ ਸੀ। ਉੱਥੇ ਜੇ ਕਤਲ ਹੋ ਜਾਂਦਾ ਸੀ ਅਤੇ SSP ਆਣ ਕੇ ਉਹਨੂੰ ਚੁੱਕਦਾ ਸੀ, ਸਫਾਈ ਨਹੀਂ ਸੀ ਚੁੱਕਦਾ, ਥਾਣੇਦਾਰ ਸਫਾਈ ਨਹੀਂ ਚੱਕਦੇ ਸੀ। ਹਾਂ, ਉਹ ਮਾਇਨਾ ਕਰਕੇ ਅਤੇ ਫਿਰ ਉਹਦਾ ਮਾਇਨਾ ਹੁੰਦਾ। ਇੰਨੀ ਵੈਲਿਊ ਹੁੰਦੀ ਸੀ ਜਾਨ ਦੀ ਸੀ। ਬੱਕਰੀ ਔਰ ਸ਼ੇਰ ਇੱਕ ਜਗ੍ਹਾ ਪਾਣੀ ਪੀਂਦੇ ਸਨ, ਔਰਤ ਲੱਖ ਰੁਪਏ ਦਾ ਜ਼ੇਵਰ ਲਾ ਕੇ ਤੁਰੇ ਜਾਂਦੇ, ਕਿਸੇ ਜ਼ਰੂਰਤ ਨਹੀਂ ਜਨਾਬ ਕਿ ਉਹਦੇ ਵੱਲ ਤੱਕ ਜਾਏ। ਅੱਛਾ, ਫਿਰ ਇਹ ਗੱਲ ਇਹ ਹੈ ਅੰਗਰੇਜ਼ ਰਾਜ ਤਾਂ ਫਿਰ ਬਹੁਤ ਚੰਗਾ ਸੀ। ਦੇਖੋ ਜੀ, ਅੰਗਰੇਜ਼ ਰਾਜ ਉਹਦਾ ਨਿਜ਼ਾਮ ਸੱਚ ਬਹੁਤ ਅੱਛਾ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਦੀ ਨਿਜ਼ਾਮ ਬੜਾ ਸਖਤ ਸੀ। ਠੀਕ ਹੈ, ਠੀਕ, ਜ਼ਰੂਰਤ ਹੀ ਨਹੀਂ ਸੀ ਕਿ ਇਹਦੀ ਕੁਛ ਐਂ ਦਾ ਐਂ ਹਿੱਲ ਨਹੀਂ ਸਕਦਾ ਬੰਦਾ। ਠੀਕ ਹੈ, ਠੀਕ ਹੈ, ਠੀਕ, ਵਾਹ ਜੀ ਵਾਹ। ਅੰਗਰੇਜ਼ ਦਾ ਦੌਰ ਜਿਹੜਾ ਸੀ ਬੜਾ ਅੱਛਾ ਸੀ। ਅੱਛਾ, ਬੱਕਰੀ ਔਰ ਸ਼ੇਰ ਇੱਕ ਜਗ੍ਹਾ ਪਾਣੀ ਪੀਂਦੇ ਸਨ, ਹੁਣ ਤਾਂ ਬੱਕਰੀ ਕਿਤੇ ਵਾਲੇ ਸ਼ੇਰ ਜਾ ਪੈਂਦਾ। ਠੀਕ ਹੈ, ਠੀਕ ਹੈ ਸ਼ਾਹ ਜੀ। ਅਤੇ ਜਿਹੜੇ ਪੀਰਾਂ ਦੇ ਘਰ ਸੀ ਸ਼ਾਹਾਂ ਦੇ, ਤੁਹਾਡੀ ਸੈਯਦਾਂ ਦੀ ਇੱਜ਼ਤ ਉਹ ਵੀ ਕਰਦੇ ਸੀ? ਹਾਂ, ਇੱਜ਼ਤ ਕਰਦੇ, ਸਿੱਖ ਕਰਦੇ। ਅੱਛਾ, ਲੇਕਿਨ ਸਾਨੂੰ ਅਸੀਂ ਉਹਨਾਂ ਦੇ ਘਰ ਦਾ ਖਾਂਦੇ ਨਹੀਂ ਸੀ, ਉਹ ਦੁੱਧ ਸ਼ੁੱਧ ਜ਼ਰੂਰ ਪਿਆ ਦਿੰਦੇ ਸਨ ਸਾਨੂੰ। ਤੁਹਾਨੂੰ ਦੁੱਧ ਪਿਆ ਦਿੰਦੇ? ਦੁੱਧ ਪਿਆ ਦਿੰਦੇ ਸਨ, ਲੇਕਿਨ ਉਹਨਾਂ ਦੇ ਬੱਚੇ ਜਿਹੜੇ ਸਨ ਉਹ 7-20 ਧਾਗਾ ਖੜਦੇ। ਅੱਛਾ, ਅਸੀਂ ਪੀਰ ਜੀ ਸਾਹ ਦਿੱਤਾ। ਅੱਛਾ ਅੱਛਾ ਅੱਛਾ, ਉਹ ਬੱਚੇ ਬਾਲ ਕੇ ਸਾਡੀ ਖਿਦਮਤ ਵੀ ਕਰਦੇ ਸਨ, ਉਹ ਸਾਨੂੰ ਘੋੜੀਆਂ ਦੇ ਲਈ ਦਾਣੇ ਵੀ ਲਿਆ ਕੇ ਪੀਰਾਂ ਦੇ ਘਰ ਦਿੰਦੇ ਸਨ। ਅੱਛਾ, ਸਾਨੂੰ ਦਾਣੇ ਮੁੱਲ ਲੈਣੇ ਨਹੀਂ ਸੀ ਪੈਂਦੇ। ਅੱਛਾ ਅੱਛਾ ਅੱਛਾ, ਯਾਨੀ ਸਾਡੀ ਇੱਜ਼ਤ ਕਰਦੇ ਸਨ। ਹੁਣ ਇੱਥੇ ਵੀ ਵਿਆਹ ਦਾ ਦਾਣਾ ਨਹੀਂ ਅਸੀਂ ਮੁੱਲ ਲੈਂਦੇ। ਉਸ ਇਲਾਕੇ ਦੇ ਸਿੱਖ ਵੀ ਤੁਹਾਨੂੰ ਲਿਆ ਕੇ ਦਾਣੇ ਦਿੰਦੇ ਸੀ? ਹਾਂਜੀ ਹਾਂਜੀ, ਮਾਣ ਮਾਣ ਵੀ ਸਿਰ ਦਾਣੇ ਉਹਨਾਂ ਲੈ ਆਉਣੇ ਵੀ ਪੀਰਾਂ ਦਾ ਘਰ ਹੈ, ਸੈਯਦਾਂ ਦਾ, ਪੀਰਾਂ ਦੇਣ ਵਾਸਤੇ ਸੈਯਦਾਂ ਦਾ ਘਰ ਹੈ ਬਾਈ। ਸਾਡਾ ਬਾਹਰ ਬਾਹਰ ਡੇਰਾ ਸੀ ਆਪਣਾ, ਸ਼ਾਹ ਇਸਹਾਕ ਸਾਡਾ ਵੱਡਾ ਬਾਈ, ਸ਼ਾਹ ਇਸਹਾਕ, ਸ਼ਾਹ ਇਸਹਾਕ, ਠੀਕ, ਉਹਦੀ ਉਸੇ ਕਬਰ ਮਜ਼ਾਰ ਸੀ। ਅੱਛਾ, ਉਹਦਾ ਮਜ਼ਾਰ ਸੀ ਉੱਥੇ, ਅਤੇ ਯਾਨੀ ਇੱਕ ਮੁਰੱਬਾ ਪਿੰਡੋਂ ਹਟਵਾ ਸਾਡਾ ਡੇਰਾ ਸੀ, ਲੋਕ ਉੱਥੇ ਹੀ ਆਉਂਦੇ ਸਨ, ਦਮ ਕਰਾਉਣ ਵਾਲੇ ਜਿਹੜੇ ਵਗੈਰਾ ਵਗੈਰਾ, ਜਾਂ ਚੀਰ ਧਾਗੇ ਵਾਲੇ ਜਿਹੜਾ ਆਉਂਦਾ ਸੀ ਉੱਥੇ ਬਾਹਰ, ਪੀਰ ਕੋਲ ਜੀ ਦਮ ਕਰਾਉਣ ਚੱਲੇ, ਮੁੰਡਾ ਡਰਦਾ ਜੀ ਸਾਡਾ, ਉਹ ਗੱਲ ਹੈ, ਉਹ ਗੱਲ ਹੈ, ਡਰ ਆਉਂਦਾ ਰਾਤ ਨੂੰ, ਔਰਤ ਜਿਹੜੀ ਆ ਉਹਦਾ ਹਮਲ ਚਾਹੀਦਾ 18 ਦੀ ਮੌਤ ਦਾ ਉਹਨੂੰ, ਇਹੋ ਜਿਹੀਆਂ ਯਾਨੀ ਅਸੀਂ ਇਲਾਜ ਕਰਦੇ। ਦਮ ਕੌਣ ਕਰਦਾ ਹੁੰਦਾ ਸੀ? ਦਮ ਮੇਰਾ ਵਾਲਕ ਮੁਹੰਮਦ ਸ਼ਰੀਫ, ਮੁਹੰਮਦ ਸ਼ਰੀਫ। ਹਾਂਜੀ, ਅਤੇ ਤੁਹਾਡੇ ਜਿਹੜੇ ਬਜ਼ੁਰਗਾਂ ਦਾ ਦਰਬਾਰ ਸੀ ਉਹਨਾਂ ਦਾ ਨਾਂ ਸੀ ਸ਼ਾਹ ਇਸਹਾਕ? ਅਜੇ ਵੀ ਦਰਬਾਰ ਤਾਂ ਹੋਣਾ ਹੈ ਉੱਥੇ, ਅਜੇ ਵੀ ਦਰਬਾਰ ਉੱਥੇ ਹੈ ਚੌਧਰੀ ਵਾਲੇ ਦੇ ਵਿੱਚ? ਚੌਧਰੀ ਵਾਲੇ ਬਾਹਰ ਬਾਹਰ ਸੀ ਦਰਬਾਰ। ਕਿਹੜੇ ਪਾਸੇ ਸੀ, ਲਹਿੰਦੇ ਪਾਸੇ, ਚੜ੍ਹਦੇ ਪਾਸੇ? ਚੌਧਰੀ ਵਾਲਿਓਂ ਐਸ ਸਾਈਡ 'ਤੇ ਸੀ। ਅੱਛਾ, ਨਾ ਚੜ੍ਹਦੇ ਸੀ ਨਾ ਚੜ੍ਹਦਾ ਇੱਧਰ ਸੀ ਲੈਂਦਾ ਇੱਧਰ ਸੀ, ਯਾਨੀ ਉਹ ਐਸ ਸਾਈਡ ਸੀ ਬਾਹਰ ਬਾਹਰ ਰੱਖ। ਔਰ ਉੱਥੇ ਸਾਨੂੰ ਇੱਕ ਮੁਰੱਬਾ ਜ਼ਮੀਨ ਮਿਲੀ ਸੀ। ਅੱਛਾ, ਮੈਨੂੰ ਦਿੱਤੀ। ਅੱਛਾ ਅੱਛਾ, ਉਹ ਕਾਹਦੇ ਪਰੋਂ ਦਿੱਤੀ ਸੀ? ਉਹ ਸਿਰਫ ਉਸ ਮਕਾਨ ਦੇ ਨਾਂ ਲਾਈ ਸੀ, ਉਹ ਜਿਹੜਾ ਦਰਬਾਰ ਸੀ, ਦਰਬਾਰ ਦੇ ਨਾਂ ਲਾਈ ਸੀ, ਪੰਜ ਕਿੱਲੇ ਜ਼ਮੀਨ। 5 ਕਿੱਲੇ ਜਾਂ ਇੱਕ ਮੁਰੱਬਾ? ਇੱਕ ਮੁਰੱਬਾ ਹੀ 5 ਕਿੱਲੇ ਜੀ, 5 ਕਿੱਲੇ, 5 ਕਿੱਲੇ, 5 ਕਿੱਲੇ, 5 ਕਿੱਲੇ ਜ਼ਮੀਨ, 5 ਕਿੱਲੇ ਸੀ। ਉਹ ਅਸੀਂ ਵਾਹੁੰਦੇ ਸਨ, ਖੂਹ ਵਾਹੁੰਦੇ ਹੁੰਦੇ ਸਨ, ਉੱਧਰ ਨਹਿਰ ਕੋਈ ਨਹੀਂ ਸੀ, ਖੂਹ ਵਾਹੁੰਦੇ ਹੁੰਦੇ ਟਿੰਡਾਂ ਵਾਲੇ ਖੂਹ, ਟਿੰਡਾਂ ਵਾਲੇ ਖੂਹ ਚੰਗੇ ਜੋ ਕਿਤੇ ਉਹ ਚੱਲਦੇ ਹੁੰਦੇ ਸਨ, ਅਤੇ ਉਹਦੇ ਨਾਲ ਪੈਲੀਆਂ ਸੀ ਭਰਦੇ ਸਾਂ, ਉਹਦੇ ਨਾਲ ਬੀਜਦੇ ਸਾਂ, ਉਹਦੇ ਨਾਲ ਫਸਲ ਪੱਕਦੀ। ਆਪਸ ਦੇ ਵਿੱਚ ਤਾਲੁਕਾਤ ਦੇ ਵਿੱਚ ਕਦੇ ਲੜਾਈ ਝਗੜਾ ਤਾਂ ਨਹੀਂ ਹੋਇਆ ਸੀ? ਕਦੇ ਲੜਾਈ ਝਗੜਾ ਕਦੇ ਗਾਏ ਹੁੰਦਾ ਉਹਨਾਂ ਦਾ। ਕਿੰਨਾ ਕਿੰਨਾ ਦਾ?
ਆਪਸ ਹੀ ਕਹਿੰਦੇ ਕੋਈ ਲੜ ਪੈਣਾ ਜਾਂ ਕਿਸੇ ਚੀਜ਼ ਤੋਂ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਉਹ ਝਗੜਾ ਨਹੀਂ ਸੀ ਕਦੀ ਹੋਇਆ ਕਦੇ ਵੀ ਨਹੀਂ ਸੀ ਅਜੇ ਮੁਸਲਮਾਨਾਂ ਦਾ ਹਿੰਦੂਆਂ ਦਾ ਜਾਂ ਸੁਨਿਆਰੇ ਬਾਣੀਏ ਕਤਰੇ ਬਾਹਮਣ ਇਹੋ ਹੀ ਆ ਇਹ ਲੋਕ ਸਨ ਸਾਡੇ ਲੇਕਿਨ ਚਾਹ ਉਹਨਾਂ ਦਾ ਝਗੜਾ ਨੇ ਉਹ ਸਲਾਮ ਵੀ ਕਰਦੇ ਸਨ ਸਾਰੇ ਲੋਕ ਅੱਛਾ ਉਹ ਮਤਹਿਤ ਸਨ ਇਹਨਾਂ ਮੁਸਲਮਾਨਾਂ ਦੀ ਉਹ ਜੱਟਾਂ ਦੇ ਮਤਹਿਤ ਸਨ ਲੋਕ ਚੌਧਰੀ ਵਾਲੇ ਉਹਨਾਂ ਦਾ ਕਾਰੋਬਾਰ ਕਰਦੇ ਸਨ ਚੌਧਰੀ ਵਾਲੇ ਦੇ ਜੱਟਾਂ ਦੀ ਰਿਆਇਆ ਸੁਣੋ ਹਾਂਜੀ ਠੀਕ ਹੈ ਅੱਛਾ ਫਿਰ ਕਦੋਂ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਸਾਨੂੰ 1947 'ਚ ਆਣ ਕੇ ਤਾਂ ਸਾਨੂੰ ਤਾਂ ਪਤਾ ਇਹ ਸੀ ਵੀ ਅੰਮ੍ਰਿਤਸਰ ਜੇ ਗੁਰਦਾਸਪੁਰ ਜਿਹੜਾ ਉਹ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਪਾਕਿਸਤਾਨ 'ਚ ਆ ਗਿਆ ਈਦ ਨਿੱਕੀ ਪੰਜ ਨਾਲ ਲਾਗੇ ਆਈ ਸੀ ਅੱਛਾ ਈਦ ਨਿੱਕੀ ਲਾਗੇ ਆਈ ਸੀ ਈਦ ਪੜ੍ਹਦੇ ਹਾਂ ਅਸੀਂ ਪੜ੍ਹ ਕੇ ਈਦ ਆਏ ਹਾਂ ਆਉਂਦੇ ਹਾਂ ਅਤੇ ਉਹਨਾਂ ਸਾਨੂੰ ਹੁਕਮ ਸੁਣਾ ਦਿੱਤਾ ਉਹਦੇ ਕਹਿਣ ਲੱਗ ਪਿਆ ਅੱਛਾ ਈਦ ਪੜ੍ਹ ਕੇ ਆਏ ਤੁਸੀਂ ਈਦ ਪੜ੍ਹ ਕੇ ਆਏ ਹਾਂ ਤਾਂ ਆਉਂਦੇ ਪਤਾ ਲੱਗਾ ਕਿ ਅੰਮ੍ਰਿਤਸਰ ਵੀ ਹਿੰਦੁਸਤਾਨ 'ਚ ਆ ਗੁਰਦਾਸਪੁਰ ਹਿੰਦੁਸਤਾਨ ਸਾਨੂੰ ਤਾਂ ਗੱਜ ਪੈ ਗਈ ਅਸੀਂ ਤਾਂ ਬੇਹੋਸ਼ ਹੋ ਗਏ ਲੋਕ ਬਹੁਤ ਮੰਦਾ ਹਾਲ ਹੋਇਆ ਸਾਡਾ ਜਨਾਬ ਸਾਡੀਆਂ ਦੀ ਫੂੜੀਆਂ ਵਿਛ ਗਈਆਂ ਸਾਡੇ ਕੋਈ ਔਰਤਾਂ ਚੀਖਾਂ ਮਾਰ ਰੋਣ ਡੇ ਪਏ ਵੀ ਇਹ ਘਰ ਛੱਡਣੇ ਪੈਣੇ ਆ ਇਹਨਾਂ ਦਾ ਇੱਕ ਦਾਦਾ ਉੱਥੇ ਗਿਆ ਸੀ ਫਰਕ ਸ਼ਫੀਕ ਦਾ ਆ ਚੇਅਰਮੈਨ ਦਾ ਹਾਜੀ ਸਾਹਿਬ ਦਾ ਚਾਚਾ ਉਹ ਉੱਥੇ ਚੌਧਰੀ ਸੀ ਬੜਾ ਵੱਡਾ ਚੌਧਰੀ ਉਹਦਾ ਕੀ ਨਾਂ ਸੀ ਮੁਹੰਮਦ ਅਸਲਮ ਰਹਿੰਦਾ ਰਿਹਾਇਸ਼ ਇੱਥੇ ਸੀ ਨਾਲ ਹੀ ਇਹਨਾਂ ਦਾ ਮਕਾਨ ਹੈ ਅੱਧੇ ਇਹਨਾਂ ਦਾ ਮਕਾਨ ਹੈ ਇਹਨਾਂ ਦਾ ਅੱਧਾ ਉਹਨਾਂ ਦਾ ਹੈ ਠੀਕ ਹੈ ਚਾਰ ਬੜਾ ਬੇਸਾ ਬਾਕੀ ਤਾਂ ਚੰਗੀ ਦਾਦੇ ਦੀ ਇਹਨਾਂ ਦੀ ਉਹ ਇਹ ਜਿਹੜਾ ਸਨ ਉਹਦਾ ਟੌਰ ਸੀ ਉੱਥੇ ਅੱਛਾ ਅਗਰ ਕੋਈ ਤਕਲੀਫ ਹੁੰਦੀ ਸੀ ਕਿਸੇ ਤਾਂ ਉਹਨੂੰ ਕਹਿੰਦਾ ਸੀ ਉਹ ਰਫਾ ਕਰ ਦਿੰਦਾ ਸੀ ਚੌਧਰੀ ਮੁਹੰਮਦ ਅਸਲਮ ਦਾ ਹਾਂ ਮੁਹੰਮਦ ਅਸਲਮ ਚੌਧਰੀ ਮੁਹੰਮਦ ਅਸਲਮ ਉੱਥੇ ਬੜੀ ਇੱਜ਼ਤ ਸੀ ਉੱਥੇ ਉਹਦੀ ਬੜੀ ਇੱਜ਼ਤ ਸੀ ਉਹ ਜਨਾਬ ਜਦੋਂ ਆ ਗਈ ਇਹ ਮਾਹੌਲ ਉਹ ਨਸਾ ਪੰਜਾਬ ਜ਼ਿਆਦਾ ਉਹ ਮੱਝ ਨੱਟ ਕੇ ਉਹ 10 ਫੌਜੀ ਮਨਜ਼ੂਰ ਕਰਾਏ ਹਿਫਾਜ਼ਤ ਵਾਸਤੇ ਆਪਣੇ ਪਿੰਡ ਅੱਛਾ ਅੱਛਾ ਠੀਕ ਹੈ ਹੁਣ ਸ਼ੁਰੂ ਦਾਸਤਾਂ ਹੋਣ ਲੱਗੀ ਆ ਜਿਹੜੀ ਗਾਂਧੀ ਆ 10 ਫੌਜੀ ਯਾਨੀ ਸਾਡੀ ਹਿਫਾਜ਼ਤ ਵਾਸਤੇ ਆਏ ਸਰ ਠੀਕ ਹੈ ਉਹ ਹੁਣ ਜਦੋਂ ਲਾਗ ਲਿਆ ਲੋਕਾਂ ਸੁਣ ਲਿਆ ਮੁਸਲਮਾਨਾਂ ਉਹ ਸਦਾ ਰੰਗ ਵਾਲੇ ਉਹ ਵੀ ਮੁਸਲਮਾਨ ਦੇ ਨਜ਼ਰ ਉਹ ਵੀ ਉੱਠ ਕੇ ਸਾਡੇ ਪਿੰਡ ਆ ਗਏ ਜਿੰਨੇ ਪਿੰਡਾਂ ਥੇ ਸਨ ਮੁਸਲਮਾਨ ਸਾਰਾ ਉੱਥੇ ਜਿਹੜਾ ਬੜਾ ਵੱਡਾ ਉੱਥੇ ਜੰਕਸ਼ਨ ਬਣ ਗਿਆ ਕਿੰਨੇ ਕੁ ਪਿੰਡਾਂ ਦੇ ਲੋਕ ਆ ਗਏ 11-12 ਪਿੰਡਾਂ ਦੇ ਮੁਸਲਮਾਨ ਜਿਹੜੇ ਸਨ ਸਾਡੇ ਆ ਗਏ ਉੱਥੇ ਚੌਧਰੀ ਵਾਲੇ ਹਾਂਜੀ ਵੀ ਉਹ ਤਗੜਾ ਬੰਦਾ ਹੈ ਉਹ ਹਿਫਾਜ਼ਤ ਕਰ ਲਏਗਾ ਉਹ ਹਿਫਾਜ਼ਤ ਕਰਦਾ ਨਾਲ ਮਿਲਟਰੀ ਆ ਫੌਜੀ ਮਨਜ਼ੂਰ ਸਨ ਸਾਡੇ ਠੀਕ ਹੈ ਉਹ ਨਹੀਂ ਕਰਵਾਏ ਅੱਛਾ ਸਾਡੀ ਹਿਫਾਜ਼ਤ ਕਰੋ ਸਾਨੂੰ ਬਾਖਰੀ ਪਾਕਿਸਤਾਨ ਪਹੁੰਚਾਓ ਠੀਕ ਹੈ ਲੇਕਿਨ ਉਹਦਾ ਨਤੀਜਾ ਇਹ ਹੋਇਆ ਕਿ ਉਹ ਫੌਜੀ ਕੌਣ ਸਨ ਕਿਹੜੀ ਫੌਜ ਦੇ ਮੁਸਲਮਾਨ ਫੌਜ ਜਿਹੜੀ ਸੀ ਸਾਨੂੰ 10 ਫੌਜੀ ਮਿਲੇ ਸਨ ਸਾਡੀ ਹਿਫਾਜ਼ਤ ਵਾਸਤੇ ਅੱਛਾ 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 ਠੀਕ ਹੈ ਯਾਨੀ ਸਾਥੋਂ 12-12 ਕੋ ਹਿੰਦੂ ਨਾ ਸਕੇ ਸਨ ਅੱਛਾ ਆਲੇ ਦੁਆਲੇ ਮੁਸਲਮਾਨ ਅੱਛਾ ਉਹ ਨਤੀਜਾ ਫਿਰ ਇਹ ਹੋਇਆ ਕਿ ਉਹਨਾਂ ਇਹ ਤਬਾਦਲਾ ਹੋ ਗਿਆ ਅੱਧੇ ਮੁਸਲਮਾਨ ਰਹਿ ਗਏ ਅਤੇ ਅੱਧੇ ਹਿੰਦੂ ਆ ਗਏ ਅੱਛਾ ਅੱਧੇ ਫੌਜੀ ਮੁਸਲਮਾਨ ਆ ਗਏ ਅੱਧੇ ਹਿੰਦੂ ਫਿਰ ਇਸ ਤਰ੍ਹਾਂ ਚੱਲਦਾ ਰਿਹਾ ਕੰਮ ਅਖੀਰ ਇਹ ਹੋਇਆ ਕਿ ਹੁਣ ਅਸਲਮ ਜਿਹੜਾ ਚੌਧਰੀ ਅਸਲਮ ਵੀ ਉਹਦਾ ਸਿੱਖਾਂ ਨੇ ਆਖਿਆ ਵੀ ਜਿਹੜਾ ਉਹਦਾ ਸਿਰ ਲਵੇ ਉਹਨੂੰ ਇੰਨੀ ਅਸੀਂ ਜਾਇਦਾਦ ਦੇਵਾਂਗੇ ਇੰਨਾ ਕੁਛ ਦੇਵਾਂਗੇ ਅੱਛਾ ਉਹਦੇ ਦੁਆਲੇ ਹੋ ਗਏ ਅਕਸਰ ਇਹ ਬਟਾਲੇ ਜਾਂਦਾ ਸੀ ਬਟਾਲਿਓ ਸਾਰੀ ਮਿਲਟਰੀ ਆਉਂਦੀ ਜਾਂਦੀ ਸੀ ਰਸਤਾ ਕੋਈ ਸਾਫ ਸੀ ਠੀਕ ਹੈ ਇਹਨੂੰ ਆਖਿਆ ਮੈਂ ਮੇਜਰ ਨੇ ਵੀ ਤੂੰ ਵਾਸਤਾ ਹੀ ਚੱਲ ਜਾ ਪਾਕਿਸਤਾਨ ਤੂੰ ਨਹੀਂ ਬਚ ਸਕਦਾ ਤੂੰ ਬਚ ਨਹੀਂ ਸਕਦਾ ਤੂੰ ਚੱਲ ਜਾ ਪਾਕਿਸਤਾਨ ਉਹ ਆਖਣ ਲੱਗਾ ਮੈਂ ਨਹੀਂ ਮੈਂ ਇਹਨਾਂ ਨੂੰ ਲੈ ਕੇ ਜਾਵਾਂਗਾ ਕਾਫਲੇ ਨਾਲ ਕਹਿੰਦੇ ਤੂੰ ਬਚ ਨਹੀਂ ਤੂੰ ਆਪ ਹੈ ਨਹੀਂ ਤੈਨੂੰ ਮਾਰ ਦੇਣਾ ਤੇਰਾ ਤਾਂ ਸਿਰ ਉਹਨਾਂ ਇਨਾਮ ਰੱਖਿਆ ਅੱਛਾ ਇਸ ਵਾਸਤੇ ਤੂੰ ਚਲੇ ਜਾ ਉਹ ਲਓ ਜੀ ਉਹ
ਆਉਂਦਾ ਨਹੀਂ ਸੀ, ਕਹਿੰਦਾ ਸੀ ਮੈਂ ਇਹਦਾ ਨਾਂ ਲੈ ਕੇ ਜਾਣਾ। ਇਹ ਲੋਕ ਜਿਹੜੇ ਨੇ ਹਜ਼ਾਰਾਂ ਹਾਲਤੋਂ ਜੀ ਸਾਡੇ ਲਾਗੇ ਆ ਗਏ ਸਰ ਮੁਸਲਮਾਨ, ਕਾਫਲਾ ਬੜਾ ਵੱਡਾ ਬਣ ਗਿਆ ਸੀ। ਅਖੀਰ ਇਹ ਹੋਇਆ ਕਿ ਉਹਨੂੰ ਫੌਜੀਆਂ ਨੇ ਨਾ ਨੇਚਰ ਨੇ ਸਮਝਾਇਆ ਸਮਝਾਇਆ, ਯਾ ਬਟਾਲਿਓਂ 11 ਟਰੱਕ ਤਿਆਰ ਹੋਏ ਪਾਕਿਸਤਾਨੋਂ, ਠੀਕ ਹੈ, ਉਹਨਾਂ 11 ਟਰੱਕਾਂ ਦੇ ਬਿਸਤਰਿਆਂ ਦੇ ਵਿੱਚ ਸੁੱਟਿਆ ਉਹਨੂੰ ਚੌਧਰੀ ਨੂੰ, ਮੁਹੰਮਦ ਅਸਲਮ ਨੂੰ ਉਹਨਾਂ 11 ਟਰੱਕਾਂ ਦੇ ਵਿੱਚ ਸੁੱਟਿਆ। ਸੁੱਟ ਕੇ ਟਰੱਕ ਵਾਲੇ ਨੂੰ ਇਹ ਆਖਿਆ ਕਿ ਤੂੰ ਕਦੀ ਅੱਗੇ ਜਾਣਾ, ਕਦੀ ਪਿੱਛੇ ਜਾਣਾ, ਕਦੀ ਦਰਮਿਆਨ, ਕਦੀ ਕਿਤੇ, ਕਦੀ ਕਿਤੇ ਕਿਤੇ। ਸਿੱਖ ਦੁਆਲੇ ਹੋਏ ਸਨ ਉਹਦੇ। ਅੱਛਾ, ਬਾਹਰ ਆਲਾ ਦੁਆਲਾ ਸਾਰਾ ਸਿੱਖਾਂ ਦਾ ਉਹਦੇ ਦੁਆਲੇ ਹੋਇਆ, ਇਹਨੂੰ ਨਹੀਂ ਛੱਡਣਾ। ਉਹ ਖੈਰ ਜਦੋਂ ਲੈ ਕੇ ਅਤੇ ਰਵਾਨਾ ਹੋਏ ਨੇ ਬਟਾਲਿਓਂ ਲਾਹੌਰ ਨੂੰ, ਅਤੇ ਅੱਗੇ ਪਿੱਛੇ ਚੱਲਦਾ ਰਿਹਾ, ਉਹਨੂੰ ਇਹ ਮੇਜਰ ਨੇ ਆਖਿਆ ਤੈਨੂੰ ਮੇਰੇ ਵੱਲੋਂ ਆਰਡਰ ਹੈ, ਤੂੰ ਅੱਗੇ ਨਿਕਲ ਜਾਣਾ। ਅਤੇ ਉਹ ਜਦੋਂ ਖਲਾਰ ਗਏ ਚੈਕਿੰਗ ਹੋਏਗੀ ਬਾਰਡਰ 'ਤੇ, ਇਹਦੀ ਚੈਕਿੰਗ ਵੀ ਹੋਣੀ ਆ, ਚੈਕਿੰਗ ਹੋਏਗੀ, ਤੂੰ ਟਰੱਕ ਦਿਖਾ ਕੇ ਨਿਕਲ ਜਾਣਾ ਬਾਰਡਰ। ਅੱਛਾ, ਅਸੀਂ ਜਿਵੇਂ ਹੋਮ ਕਰਾਂਗੇ ਅਸੀਂ ਨੰਬਰ ਦੇ ਰਹਾਂਗੇ ਉਹਨਾਂ ਦਾ, ਠੀਕ ਹੈ। ਉਹ ਜਨਾਬ ਉਹ ਮਗਰ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਵੀ ਚਲੇ ਗਿਆ, ਉਹਨਾਂ ਜਿਹੜਾ ਦਵਾਈ ਦੇ ਦਿੱਤੀ ਬਾਰਡਰ ਤੱਕ, ਲਾਹੌਰ ਤੱਕ, ਉਹ ਵਾਗੇ ਤੱਕ ਉਹ ਲੱਭਣ ਡੇ ਪਏ। ਉਹ ਜਦੋਂ ਨਿਕਲਿਆ ਹੈ ਟਰੱਕ ਵੀ ਉਹਦੇ ਪਹੁੰਚਦੇ, ਉਹ ਜਿਹੜਾ ਟਰੱਕ ਸੀਗਾ ਹੱਥ ਦਿੰਦਿਆਂ ਦਿੰਦਿਆਂ ਨਿਕਲ ਗਿਆ, ਨਿਕਲ ਗਿਆ, ਬਾਰਡਰ ਪਾਸ ਕਰ ਗਏ, ਤਲਾਸ਼ੀ ਨਹੀਂ ਦਿੱਤੀ ਉਹਨੇ, ਹਫਾਜ਼ਤ ਨਾਲ ਉਹ ਆ ਗਿਆ ਚੋਰੀ ਅਸਲਮ ਨੇ। ਅੱਛਾ ਅੱਛਾ ਅੱਛਾ, ਕੋਈ ਨਹੀਂ। ਉਸ ਤੋਂ ਬਾਅਦ ਸਾਡੇ ਨਾਲ ਸ਼ਰੋਂਦਾ ਰਿਹਾ, ਕੋਈ ਬੰਦਾ ਇੱਕ ਮਰ ਜਾਣਾ ਦੁਆਲੇ, ਕਦੇ ਦੋ ਮਰ ਜਾਣੇ, ਫੌਜੀਆਂ ਨੂੰ ਕਹਿਣਾ, ਉਹਨਾਂ ਕਦੀ ਗੱਲ ਸੁਣਨੀ, ਕਦੀ ਨਾ ਸੁਣਨੀ, ਉਹਨਾਂ ਔਰਤਾਂ ਚੁੱਕ ਕੇ ਲੈ ਜਾਣੀਆਂ ਜਿਹੜੇ ਲਾਗੇ ਲਾਗੇ ਸਰ, ਉਹਨਾਂ ਨਾਲ ਜ਼ਨਾ ਕਰਨਾ, ਬੁਰਾ ਹਾਲ ਕਰਨਾ, ਬੜੀ ਜ਼ਿਆਦਤੀ ਕਰਨੀ ਉਹਨਾਂ ਨਾਲ। ਅੱਛਾ, ਅਖੀਰ ਇਹ ਹੋਇਆ ਕਿ ਉਹਨਾਂ ਅਸੀਂ ਜਿਹੜੀ ਫੌਜ ਜਾਂਦੀ ਸੀ ਨਾ, ਕੋਈ ਬੰਦੇ ਆ ਪਿੰਡ ਦੇ ਜਿਹੜੇ ਫੌਜੀ ਸਨ, ਉਹਨਾਂ ਨੂੰ ਟਰੱਕ ਮਿਲਦੇ ਸਨ ਵੀ ਆਪਣੀ, ਯਾਨੀ ਉਹ ਲੈ ਆਓ ਆਪਣੀ ਫੈਮਿਲੀ ਲੈ ਆਓ ਆਪਣੀ ਫੌਜੀਆਂ ਨੂੰ, ਉਹਨਾਂ ਨੂੰ ਅਸਾਂ ਦੱਸਣਾ ਵੀ ਸਾਡਾ ਤਾਂ ਆਹ ਹਾਲ ਹੈ। ਇਹ ਤੁਹਾਡੇ ਨਾਲ ਕਿਹੜੀ ਜਗ੍ਹਾ ਹਮਲੇ ਹੁੰਦੇ ਸੀ ਅਤੇ ਕਿੱਥੇ ਔਰਤਾਂ ਚੱਕੀਆਂ ਜਾਂਦੀਆਂ ਸੀ? ਹਾਂਜੀ, ਇਹ ਔਰਤਾਂ ਕਿਹੜੀ ਜਗ੍ਹਾ 'ਤੇ ਚੱਕੀਆਂ ਜਾਂਦੀਆਂ ਸੀ? ਕਿਹੜੀ ਜਗ੍ਹਾ ਤੁਹਾਡੇ 'ਤੇ ਹਮਲੇ ਹੋਏ ਨੇ, ਕਿਹੜੀ ਜਗ੍ਹਾ? ਚੌਧਰੀ ਵਾਲੇ ਅਸੀਂ ਅਜੇ ਤੱਕ ਹਮਲਾ ਨਹੀਂ, ਹਮਲਾ ਦੱਸਣਾ ਮੈਂ ਤੁਹਾਨੂੰ, ਹਮਲਾ ਤਾਂ ਸੁਣਨ ਵਾਲਾ ਹੀ ਨਹੀਂ। ਅੱਛਾ ਅੱਛਾ, ਉਸ ਤੋਂ ਬਾਅਦ ਉਹਨਾਂ ਜਨਾਬ ਇੱਥੇ ਆਣ ਕੇ ਆਖਿਆ, ਅਖੀਰ ਇਹ ਹੋਇਆ ਵੀ ਚੌਧਰੀ ਵਾਲੇ ਉਹ ਕਾਫਲਾ ਉਠਾ ਲਓ। ਹਾਂ, ਇਹ ਚੌਧਰੀ ਅਸਲਮ ਤੁਹਾਡੇ ਤੋਂ ਪਹਿਲੇ ਨਿਕਲ ਆਇਆ ਸੀ? ਹਾਂਜੀ, ਚੌਧਰੀ ਅਸਲਮ ਤੁਹਾਡੇ ਤੋਂ ਪਹਿਲੇ ਨਿਕਲ ਆਇਆ ਸੀ? ਅਸਲਮ ਤਾਂ ਪਹਿਲਾਂ ਆ ਚੁੱਕਾ ਸੀ। ਇਹ ਪਹਿਲੀ ਕਹਾਣੀ ਹੁੰਦੀ ਸੀ, ਪਹਿਲੀ ਜਿਹੜੀ ਕਹਾਣੀ ਤੁਸੀਂ ਸੁਣਾਈ ਉਹਦੀ ਸੁਣਾਈ ਹੈ? ਕਿਹੜੀ? ਜਿਹੜਾ ਅਸਲਮ ਦੇ ਲੁੱਕ ਕੇ ਨਿਕਲਣ ਦੀ ਕਹਾਣੀ, ਇਹ ਤੁਸੀਂ ਪਹਿਲੇ ਸੁਣਾਈ ਹੈ? ਆਹੋ, ਬਾਅਦ 'ਚ ਜਿਹੜੇ ਤੁਹਾਡਾ ਕਾਫਲਾ ਨਿਕਲਿਆ, ਸਾਡਾ ਕਾਫਲਾ ਚੌਧਰੀ ਵਾਲੇ ਸੀ ਅਜੇ, ਹਾਂ, ਇਹ ਜੇ ਆ ਗਿਆ ਸੀ ਲਾਹੌਰ, ਚੌਧਰੀ ਅਸਲਮ ਪਹਿਲੇ ਆ ਗਿਆ, ਆ ਗਿਆ, ਠੀਕ ਹੈ। ਅਸੀਂ ਚੌਧਰੀ ਵਾਲਿਆਂ ਦਾ ਕਾਫਲਾ ਜਨਾਬ ਇਸ ਵੇਲੇ ਉਠਾ ਲਿਆ, ਡੀਗਰ ਵੇਲੇ ਇਹ ਵਕਤ ਸੀ, ਸ਼ਾਮ ਤੋਂ ਘੰਟੇ ਤੋਂ ਪਹਿਲੇ ਚੁੱਕਿਆ, ਕੋਈ ਜਿਹੜਾ ਹੋਇਆ ਕੋਈ ਛੱਡਿਆ। ਆਖਰ ਇਹ ਹੋਇਆ ਕਿ ਅਸੀਂ ਚੱਲ ਪਏ, ਅਸੀਂ ਬਟਾਲੇ ਲੈਣ ਦਾ ਸਹੀ ਸਲਾਮਤ, ਠੀਕ ਹੈ, ਕੋਈ ਰਸਤੇ 'ਚ ਨੁਕਸਾਨ ਨਹੀਂ ਹੋਇਆ, ਠੀਕ ਹੈ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਉਹ ਜਿਹੜੇ ਪਿੰਡ ਸੀ ਉਹ ਲੁੱਟਣ ਡੇ ਪਏ ਸਾਰੇ, ਜਿਹੜੇ ਸਿੱਖਾਂ ਦੇ ਸਨ ਉਹ ਸਾਡੇ ਘਰਾਂ ਨੂੰ ਲੁੱਟਣ ਡੇ ਪਏ ਪਿੱਛੇ। ਉਸ ਤੋਂ ਬਾਅਦ 11 ਗੱਡੀਆਂ ਜਾਂਦੀਆਂ ਹੁੰਦੀਆਂ ਸਨ ਪਾਕਿਸਤਾਨ ਤੋਂ, ਕਨਵਾਈ ਜਾਂਦੇ ਹੁੰਦੇ ਸੀ ਮੁਸਲਮਾਨ ਨੂੰ ਲੈਣ ਵਾਸਤੇ, 11 ਗੱਡੀਆਂ। ਉਹ ਜਿੱਥੇ ਸਾਡਾ ਕਾਫਲਾ ਬੈਠਾ ਸੀ, ਇਹ ਬਟਾਲੇ ਬੈਠੇ ਸੀ, ਬਟਾਲੇ, ਠੀਕ ਹੈ, ਬਟਾਲੇ ਉਹ ਲੈਣ ਵਾਸਤੇ ਜਾਂਦੇ ਹੁੰਦੇ ਸੀ, ਬਟਾਲੇ ਪਹੁੰਚ ਗਏ ਬਾਖੜੀਏ। ਅੱਛਾ, ਬਿਲਕੁਲ ਠੀਕ ਹੋ ਗਏ, ਬਟਾਲੇ ਪਹੁੰਚੇ ਅਸੀਂ 5-7 ਦਿਨ ਰਹੇ ਉੱਥੇ। ਉਸ ਤੋਂ ਬਾਅਦ ਫੌਜੀਆਂ ਨੇ ਆਰਾਮਦਾਦੀਆਂ ਕਰਨ ਲੈ ਪਏ, ਉਹ ਹਿੰਦੂ ਫੌਜੀ, ਉਹ ਕਿਸੇ ਔਰਤਾਂ ਨਾਲ ਜ਼ਿਆਦਤੀਆਂ ਕਰਨੀਆਂ, ਉਹ ਕਰਨਾ ਉਹ ਕਰਨਾ, ਮੁਸਲਮਾਨ ਥੋੜ੍ਹੇ ਸਨ ਅਤੇ ਹਿੰਦੂ ਜ਼ਿਆਦਾ ਸਨ, ਫੌਜ ਦੇ ਜਿਹੜੇ ਸਨ ਉਹ ਫੌਜੀ ਸ਼ੁਰੂ ਹੋ ਗਏ, ਹਿੰਦੂ ਫੌਜੀ। ਉਸ ਤੋਂ ਬਾਅਦ
ਮੈਂ ਆਪਣੇ ਵਾਲਦਾ ਨੂੰ ਵਾਲਦ ਨੂੰ ਆਪਣੀ ਫੈਮਿਲੀ ਨੂੰ ਯਾਨੀ ਉਹ ਬੱਸ 'ਤੇ ਬਿਠਾ ਕੇ ਕਨਵਾਈ 'ਚ ਬਿਠਾ ਕੇ ਗਿਆ। 11 ਗੱਡੀਆਂ ਤਿਆਰ ਹੋ ਗਈਆਂ ਲਾਹੌਰ ਨੂੰ, ਠੀਕ ਹੈ, ਬਿਠਾ ਕੇ ਸਨ ਵਾਲਾ ਸਾਹਿਬ ਨੂੰ ਪੁੱਜੇ ਸਨ, ਉਹਨਾਂ ਨੂੰ ਬਿਠਾ ਕੇ ਅਸੀਂ ਦੋ ਭਾਈ ਉੱਥੇ ਰਹਿ ਗਏ। ਅੱਛਾ, ਇੱਕ ਮੇਥੋਂ ਬੜਾ ਇੱਕ ਮੈਂ, ਅਸੀਂ ਦੋ ਉੱਥੇ ਰਹਿ ਗਏ ਜਦੋਂ ਉੱਥੇ। ਉਸ ਤੋਂ ਬਾਅਦ ਉਹ ਹਿੰਦੂ ਪੈ ਗਏ, ਗੋਲੀ ਚੱਲਣ ਡੈ ਵੀ ਬੇਦੌਤ ਗੋਲੀ ਚੱਲੀ ਬਟਾਲੇ 'ਚ। ਯਕੀਨ ਕਰਨਾ ਕਿ ਜਿੱਥੇ ਹਿੰਦੂ ਮੱਸਿਆ ਲਿਆਉਂਦੇ ਹੁੰਦੇ ਸਨ, ਮੱਸਿਆ ਇੱਕ ਛੱਪੜ ਹੁੰਦਾ ਸੀ ਉਹਨਾਂ ਦਾ, ਜਦੋਂ ਪਹਿਲੀ ਤਰੀਕ ਹੁੰਦੀ ਸੀ ਉਹ ਮੱਸਿਆ ਲਿਆਉਂਦੇ ਹੁੰਦੇ ਸਨ, ਠੀਕ ਹੈ, ਹਿੰਦੂ ਮੱਸਾ ਨਾ ਮੱਸਾ ਨਾ ਆਉਣਾ ਕਰ ਮੈਂ ਪਾਕ ਹੋ ਗਿਆ, ਠੀਕ ਹੈ, ਤੂੰ ਮੱਸਿਆ ਨਾ ਆਉਣਾ ਮੈਂ ਵੀ ਮੱਸਿਆ ਨਾ। ਸਿੱਖ ਹਿੰਦੂ ਲੋਕ ਜਿਹੜੇ ਸਨ ਇਹ ਮੱਸਿਆ ਲਿਆਉਂਦੇ ਹੁੰਦੇ ਸਨ। ਇੱਕ ਅੱਛਲ ਸਾਹਿਬ ਸੀ ਛੱਪੜ, ਇੱਕ ਇੱਥੇ ਸੀ ਬਟਾਲੇ। ਅੱਛਾ, ਉਹ ਉੱਥੇ ਜਨਾਬ ਸਾਡਾ ਉਹ ਗੋਲੀ ਚੱਲਣ ਡਿਆ ਸੀ, ਕਤਲ ਹੋ ਗਿਆ ਸ਼ੁਰੂ। ਅੱਛਾ, ਯਕੀਨ ਕਰਨਾ ਔਰ ਇਸ ਗੱਲ 'ਤੇ ਮੈਂ ਝੂਠ ਹੀ ਬੋਲਦਾ, ਉਹ ਜਿਹੜੀ ਛੱਪੜ ਦੀ ਦੀਵਾਰ ਸੀ ਨਾ ਜਿਹਦੇ 'ਚ ਮੱਸਿਆ ਨਾਉਣੇ ਖੂਨ, ਉਹ ਜਿਹੜਾ ਸੀ ਮੁਸਲਮਾਨ ਦਾ ਰੁੜ ਕੇ ਅਤੇ ਉਹਦੇ ਵਿੱਚ ਜਾਣ ਰੁੜ ਕੇ ਇੰਨਾ ਖੂਨ ਵਗ ਰਿਹਾ ਸੀ, ਇੰਨਾ ਕਤਲੋ ਘਰ ਹਜ਼ਾਰਾਂ ਹਾਂ ਮੁਸਲਮਾਨ ਕਤਲ ਹੋ ਗਏ ਬਟਾਲੇ ਦੇ ਵਿੱਚ, ਬਟਾਲੇ 'ਚ ਉਸ 'ਤੇ ਉਸ ਕੈਂਪ 'ਤੇ ਹਮਲਾ ਹੋ ਗਿਆ, ਉੱਥੇ ਅਜੇ ਉਹ ਛੱਪੜ ਦੇ ਜਿਹੜੇ ਕਾਫੀ ਜਗ੍ਹਾ 'ਤੇ ਲੋਕ ਬੈਠੇ ਸੀ, ਬਹੁਤ ਕਤਲੋ ਘਰ ਤੋਂ ਹੋਈ। ਅਸੀਂ ਤਾਂ ਰੋਣ ਪਿੱਟਣ ਡੈ ਪਏ, ਅਸੀਂ ਇੱਕ ਕਮਰੇ 'ਚ ਬੈਠੇ ਸਨ, ਉਹਦੇ ਨਾਲ ਇੱਕ ਕਮਰਾ ਸੀ, ਉੱਥੋਂ ਲੈ ਜਾਂਦੇ ਸੀ ਬੁੜੀਆਂ ਚੁੱਕ ਕੇ, ਉਹਨਾਂ ਸਮਝਿਆ ਵੀ ਇਹ ਵੀ ਕਮਰਾ ਜਿਹੜਾ ਇਹਨਾਂ ਦਾ ਇਹ ਹੋਈ ਆ, ਉਹ ਆਪੋ ਸ਼ੀਸ਼ੇ ਲੱਗੇ ਸਨ, ਉਹ ਬੜੀ ਉਹਨਾਂ ਜ਼ਿਆਦਤ ਕੀਤੀ। ਉਸ ਤੋਂ ਬਾਅਦ ਤਿੰਨ ਦਿਨ ਚਾਰ ਦਿਨ ਨਾ ਇਹੋ ਹੀ ਹਾਲ ਹੁੰਦਾ ਰਿਹਾ, ਕਤੋਂ ਗਾਰਤ ਨਹੀਂ। ਅਖੀਰ ਇਹ ਹੋਇਆ ਕਿ ਫੌਜ ਚਲੇ ਗਈ ਉੱਥੇ ਸਾਡੀ, ਉਹਨਾਂ ਸਾਨੂੰ ਕੋਈ 3 ਵਜੇ ਉਠਾ ਲਿਆ, ਬਿਠਾ ਲਿਆ, ਉਹ ਸਾਨੂੰ ਸ਼ਹਿਰੋਂ ਬਾਰ ਬਾਰ ਇੱਕ ਆਜ਼ਾਦ 'ਚ ਲਿਆ ਬਿਠਾ ਲਿਆ ਉਹਨਾਂ ਸਾਰੇ ਕਾਫਲੇ ਨੂੰ, ਠੀਕ ਹੈ, ਔਰ ਉਹਦੀ ਹਿਫਾਜ਼ਤ ਕਰਦੇ ਗਏ। ਵਿੱਚ ਹਿੰਦੂ ਵੀ ਸਨ, ਬਸ ਹਿੰਦੂ ਥੋੜ੍ਹੇ ਸਨ, ਮੁਸਲਮਾਨ ਜ਼ਿਆਦਾ ਸਨ ਫੌਜ ਵਿੱਚ, ਹਿਫਾਜ਼ਤ ਕਰਦੇ ਗਏ, ਹਿਫਾਜ਼ਤ ਕਰਦਿਆਂ ਕਰਦਿਆਂ ਜਨਾਬ ਉਹ ਰਾਤ ਗੁਜ਼ਰੀ ਸਾਡੀ ਦੁੱਖਾਂ ਦੀ ਤਕਲੀਫਾਂ ਦੀ। ਸਵੇਰ ਨੂੰ ਸਾਨੂੰ ਉਹਨਾਂ ਜਿਉਂ ਚੁੱਕਿਆ ਤੋਰਿਆ, ਪੈਦਲ ਹੀ ਤੁਰੇ ਆਏ ਹਾਂ ਅਸੀਂ, ਰਾਵੀ ਦੇ ਪੁਲ ਦੇ ਰਾਵੀ 'ਤੇ ਚਲੇ ਗਏ, ਰਾਵੀ 'ਤੇ ਆ ਗਏ, ਰਾਵੀ 'ਤੇ ਕਿ ਨੀਲੀ 'ਤੇ, ਰਾਵੀ ਦਰਿਆ ਦਰਿਆ ਰਾਵੀ ਚੱਲਦੀ ਸੀ, ਰਾਵੀ ਉੱਥੋਂ ਨਜ਼ਦੀਕ ਸੀ। ਅੱਛਾ, ਰਾਵੀ ਦਰਿਆ ਹੈ ਉੱਥੇ ਬਟਾਲਿਓ, ਰਾਵੀ ਇੰਨੀ ਲੰਬੀ ਉੱਥੇ ਨਜ਼ਦੀਕ ਪੈਂਦੀ ਸੀ। ਅੱਛਾ, ਪਹਿਲੇ ਦਿਨ ਸਫ਼ਰ ਅਸੀਂ 8-7 ਮੀਲ ਪਹਿਲੇ ਦਿਨ ਅਸੀਂ ਕੀਤਾ, 12-14 ਮੀਲ ਅਗਲੇ ਦਿਨ ਕੀਤਾ ਅਤੇ ਰਾਵੀ 'ਤੇ ਚਲੇ ਗਏ ਅਸੀਂ। ਅੱਛਾ ਅੱਛਾ ਅੱਛਾ, ਉੱਥੇ ਅਸੀਂ ਉਹ ਵੇਖਿਆ ਤਾਂ ਕਤਲੋ ਗੌਰ, ਬੰਦੇ ਮਰੇ ਪੈ, ਨੰਗੇ ਪੈ, ਲਾਹੌਰ ਕਹਿੰਦੇ ਬੁਰੀ ਮੁਸੀਬਤ। ਉੱਥੋਂ ਹੀ ਅਸੀਂ ਪਾਣੀ ਪੀਂਦੇ ਰਹੇ ਉਸਦਾ ਦੇ ਚੇਸੋ ਰਾਵੀ ਦੇ, ਜਿਹੜੇ ਵਿੱਚੇ ਬੰਦੇ ਮਰੇ ਪਏ, ਵਿੱਚੇ ਬੰਦੇ ਮਰੇ ਪਏ, ਵਿੱਚੋਂ ਪਾਣੀ ਪੀਤੀ ਜਾਓ, ਉੱਥੋਂ ਹੀ ਅਸੀਂ ਪਾਣੀ ਪੀ ਕੇ ਅਤੇ ਰਾਤ ਗੁਜ਼ਾਰੀ। ਕਿਹੜੀ ਜਗ੍ਹਾ ਸੀ ਰਾਵੀ ਦਾ, ਕਿਹੜਾ ਕੰਡਾ ਬਣਦਾ ਸੀ ਰਾਵੀ ਦੇ, ਉਹਨੂੰ ਯਾਨੀ ਜਸੜਾਂ ਦੇ ਲਾਗੇ ਲਾਗੇ ਜਸੜਾਂ, ਉੱਥੋਂ ਨਜ਼ਦੀਕ ਸਭ ਜਸੜੀ ਪਹੁੰਚ ਗਿਆ, ਜਸੜਾਂ ਤੋਂ 8-10 ਮੀਲ ਰਾਵੀ ਦੇ ਕੰਢੇ 'ਤੇ ਅਸੀਂ ਪਹੁੰਚੇ ਹਾਂ। ਅੱਛਾ, ਉੱਥੋਂ ਅਸੀਂ ਆਪ ਇੰਨਾ ਫਿਰਨਾ, ਸਵੇਰ ਨੂੰ ਫਿਰ ਸਾਨੂੰ ਉਠਾਇਆ ਮੁਸਲਮਾਨ ਫੌਜ ਨੇ, ਉਠਾ ਕੇ ਅਤੇ ਫਿਰ ਅਸੀਂ ਸ਼ਾਮ ਨੂੰ ਆਣ ਕੇ ਅਤੇ ਜਸੜੀ ਪਹੁੰਚੇ, ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਆ ਗਏ, ਠੀਕ ਹੈ। ਉੱਥੋਂ ਦਾ ਸਾਨੂੰ ਉੱਥੇ ਵੀ ਅੱਧੇ ਸਿੱਖ ਸਨ ਵਿੱਚ, ਉਹ ਸਾਡੀਆਂ ਚੀਜ਼ਾਂ ਖੋਹਦੇ ਸੀ, ਖੋਹਦੇ ਸੀ, ਆਹੋ ਉਹ ਜਿੱਥੇ ਉਹਨਾਂ ਦਾ ਦੌਰ ਪੈਂਦਾ ਸੀ ਉਹ ਚੀਜ਼ਾਂ ਸਾਡੀਆਂ ਖੋਹ ਲੈਂਦੇ ਸਨ, ਜਿਹੜੀ ਜਿਹੜੀ ਚੀਜ਼ ਨਜ਼ਰ ਆਉਂਦੀ ਸੀ ਉਹਨਾਂ ਨੂੰ ਚੰਗੀ ਉਹ ਖੋਹ ਲੈਂਦੇ ਸਨ। ਡੇਰਾ ਬਾਬਾ ਨਾਨਕ 'ਤੇ, ਡੇਰਾ ਬਾਬਾ ਨਾਨਕ ਜਦੋਂ ਅਸੀਂ ਉਹ ਗੁਜ਼ਰ ਰਹੇ ਸਾਂ ਉਹਦੇ ਉੱਤੋਂ ਨਹੀਂ, ਉਹ ਫਿਰ ਅਸੀਂ ਜਨਾਬ ਕੋਈ
ਬਾਰਾਂ ਇੱਕ ਵਜੇ ਦੇ ਕਰੀਬ ਅਸੀਂ ਨਾ ਜਿਹੜਾ ਬਾਬਾ ਨਾਨਕ ਆ ਉਹ ਪਾਰ ਕੀਤਾ। ਠੀਕ ਹੈ, ਜਸੜੀ ਆ ਗਏ। ਜਸੜੀ ਜਦੋਂ ਆਇਆ ਤਾਂ ਉਹ ਗੱਡੀ ਤਿਆਰ ਸੀ, ਅੱਗੇ ਲੱਗੇ ਉਹਨੇ ਗੱਡੀ ਦੇ ਹੇਠ ਦੇ ਪਾ ਲੈ ਕੇ ਅਤੇ ਉਹਨਾਂ ਸਾਨੂੰ ਸਿਆਲਕੋਟ ਲੈ ਗਏ। ਆ ਤਾਂ ਸਾਡੀ ਦਾਸਤਾਂ ਨੇ ਗਮ ਜੇ, ਪਰ ਜੋ ਹਸ਼ਰ ਸਾਡੇ ਨਾਲ ਅਸਾਂ ਅੱਖਾਂ ਨਾਲ ਦੇਖਿਆ ਉਹ ਕਿਸੇ ਨਹੀਂ ਦੇਖਿਆ, ਔਰ ਜੋ ਹਸ਼ਰ ਅਸਾਂ ਆਪਣੇ ਆਪ 'ਤੇ ਦੇਖਿਆ ਉਹ ਨਹੀਂ ਦੇਖਿਆ। ਕਤਲੋ ਗਰਦ ਜਿਹੜੀ ਹੈ ਨਾ, ਔਰ ਖੂਨ ਜਿਹੜਾ ਸੀ ਉਹ ਉਹਦੀ ਐਡੀ ਉੱਚੀ ਬੰਨੀ ਸੀ, ਉਹ ਜਿੱਥੇ ਮੱਸਿਆ ਨਾ ਉਹਦੇ ਛੱਪੜ ਦੀ ਐਡੀ ਉੱਚੀ ਬੰਨੀ, ਜਿਹੜਾ ਟੱਪ ਕੇ ਖੂਨ ਉਹਦੇ ਵਿੱਚ ਪੈਂਦਾ, ਖੂਨ ਇੰਨਾ ਜ਼ਿਆਦਾ ਵਹਿ ਰਿਹਾ ਸੀ, ਇੰਨਾ ਜ਼ਿਆਦਾ ਰੋੜ ਪਿਆ ਸੀ। ਜਦੋਂ ਸਮਝ ਲਓ ਤੁਸੀਂ ਯਕੀਨ ਕਰੋ ਖੋਰਿਆ ਕਿੰਨਾ ਮੁਸਲਮਾਨ ਕਤਲ ਹੋਇਆ। ਯਾਨੀ ਤੁਸੀਂ ਕਿਹਾ ਵੀ ਖੂਨ ਵਗਦਾ ਪਿਆ ਸੀ ਜਿਸ ਤਰ੍ਹਾਂ ਪਾਣੀ ਵਗਦਾ, ਅੱਖਾਂ ਨਾਲ ਵੇਖਿਆ, ਇੰਨਾ ਅੱਖਾਂ ਨਾਲ ਵੇਖਿਆ, ਔਰ ਉਹ ਇੱਕ ਫੁੱਟ ਦੀ ਬੰਨੀ ਕ੍ਰਾਸ ਕਰ ਗਿਆ, ਬੰਨੀ ਤੋਂ ਉੱਤੋਂ ਦੀ ਟੱਪ ਕੇ ਵਿੱਚ ਪੈਂਦਾ ਸੀ ਉਸ ਛੱਪੜ, ਉਹ ਛੱਪੜ ਵਿੱਚ ਜਿਹਦੇ ਵਿੱਚ ਉਹ ਨਹਾਉਂਦੇ ਸੀ, ਅੱਜ ਇੱਥੇ ਮੱਸਿਆ ਨਹਾਉਂਦੇ ਸਨ। ਇਹਦਾ ਮਤਲਬ ਇਹ ਹੋਇਆ ਕਿ ਹਜ਼ਾਰਾਂ ਦੇ ਕਰੀਬ ਮੁਸਲਮਾਨ, ਕਰੋੜਾਂ ਦੇ ਹਜ਼ਾਰਾਂ ਜੀ, ਕਰੋੜ ਕੋਈ ਕਰੋੜ ਹੀ ਕਿਹਾ ਜਾ ਸਕਦਾ, ਇੰਨਾ ਖੂਨ ਜੋ ਆਉਂਦਾ ਰੋਡ, ਦੇਖੋ ਨਾ ਪਾਣੀ ਦਾ ਰੋਡ ਜਿਸ ਤਰ੍ਹਾਂ ਆਵੇ ਤਾਂ ਟੱਪ ਕੇ ਤੇ ਫੇਰ ਉਹ ਪੈਂਦਾ ਸੀ ਉਹਦੇ। ਅੱਛਾ ਅੱਛਾ, ਪਾਣੀ ਤਰ੍ਹਾਂ ਵਗ ਰਿਹਾ ਸੀ, ਬੜਾ ਵੱਡਾ ਕਾਫਲਾ ਸੀ ਸਾਡਾ ਜਿਹੜਾ। ਕਿੰਨੇ ਕੁ ਲੋਕ ਮਾਰੇ ਗਏ ਹੋਣਗੇ ਉੱਥੇ? ਸਭ ਉੱਥੇ ਜਨਾਬ ਕਮ ਅਜ਼ ਕਮ ਅੱਧਾ ਕਾਫਲਾ, ਇੱਕ ਇੱਕ ਹਿੱਸਾ ਰਹਿ ਗਿਆ, ਚਾਰ ਹਿੱਸੇ ਕਤਲੋ ਗਾਲ ਤੋਂ ਪਟਿਆਲਾ ਦੇ ਵਿੱਚ ਬਟਾਲੇ, ਯਾਨੀ ਪੰਜਾਂ ਹਿੱਸਿਆਂ 'ਚੋਂ ਚਾਰ ਹਿੱਸੇ ਕਤਲ ਹੋ ਗਏ, ਇੰਨੀ ਦੁਨੀਆ ਉੱਥੇ ਕਤਲ ਹੋਈ। ਤੁਹਾਡੇ ਖਿਆਲ 'ਚ ਹਮਲਾ ਕਰਨ ਵਾਲੇ ਆਮ ਲੋਕ ਸੀ ਜਾਂ ਫੌਜ ਸੀ? ਫੌਜ ਨਹੀਂ ਸੀ ਮਾਰਦੀ, ਸਿੱਖ ਕਿਰਪਾਨਾਂ ਨਾਲ ਕਤਲ ਕਰੀ ਜਾਂਦੇ, ਕਿਰਪਾਨਾਂ ਨਾਲ ਮਾਰਦੇ ਸਨ, ਕਿਰਪਾਨ ਗੱਲ ਆ ਗਿਆ ਉਹ ਛੋੜ ਦਿੰਦੇ। ਔਰਤਾਂ ਕਿੰਨੀਆਂ ਚੱਕੀਆਂ ਗਈਆਂ ਸੀ? ਔਰਤਾਂ ਦਾ ਵਿਚਾਰੀਆਂ ਦਾ ਹਾਲ ਹੀ ਕੋਈ ਨਹੀਂ, ਜ਼ਿਆਦਾ ਔਰਤਾਂ ਕਤਲ ਹੋਈਆਂ ਸਨ, ਜ਼ਿਆਦਾ ਔਰਤਾਂ ਨਾਲ ਜ਼ਿਆਦਤੀ ਹੋਈ ਸੀ, ਔਰ ਬੰਦੇ ਹੀ ਬਹੁਤ ਜ਼ਿਆਦਾ ਕਤਲ ਹੋਏ ਸਨ, ਅਤੇ ਬੱਚਿਆਂ ਨਾਲ ਛੱਡਿਆ ਕਿਸੇ ਨੂੰ ਨਹੀਂ, ਬੱਚੇ ਵੀ ਵਿੱਚੇ, ਬੱਚੇ ਮੁੰਡੇ ਜੋ ਚੀਜ਼ ਉਹਨਾਂ ਦੇ ਆਈ ਆ ਮਾਲ ਖੋ ਕੇ ਲੈ ਗਿਆ ਸਾਰਾ, ਜਿੰਨਾ ਲੋਕਾਂ ਕੋਲ ਆਇਆ ਸੀ ਐਂ ਨੰਗੇ ਕਰਕੇ ਸਾਨੂੰ ਕੱਢਿਆ ਉੱਥੋਂ ਬਟਾਲੇ, ਜੋ ਬਟਾਲੇ ਨਿਕਲ ਕੇ ਬਾਹਰ ਆ ਗਏ ਆ, ਬਾਹਰ ਬੈਠੇ ਉਦੋਂ ਕੋਈ ਤਕਲੀਫ ਨਹੀਂ ਹੋਈ। ਅੱਛਾ, ਅਤੇ ਜਿਨ੍ਹਾਂ ਦੇ ਘਰਾਂ ਉਦੋਂ ਕੋਈ ਸਿੱਖ ਨਹੀਂ ਆਏ, ਯਾਨੀ ਜੋ ਫਿਰ ਬਟਾਲੇ ਜਦੋਂ ਅਗਲੇ ਰਾਹ ਵਿੱਚ ਆਇਆ ਫਿਰ ਵੀ ਕੋਈ ਸਿੱਖ ਨਹੀਂ ਆਇਆ, ਜਦੋਂ ਫਿਰ ਰਾਮਿਓ ਪਾਰ ਕਰਨਾ ਹੈ ਉਦੋਂ ਸਿਰ ਲੋਟ ਮਾਰ ਹੀ ਸਿੱਖ ਕਰਦੇ ਸਨ, ਜਿਹੜੀ ਕੋਈ ਚੀਜ਼ ਚੰਗੀ ਸੀ ਉਹ ਖੋਹ ਲੈਂਦੇ ਸਨ। ਠੀਕ ਹੈ ਠੀਕ, ਅਤੇ ਰਾਜ ਖਾਣ ਪੀਣ ਦਾ ਕੀ ਇੰਤਜ਼ਾਮ ਸੀ? ਖਾਣ ਪੀਣ ਪਹਿਲਾਂ ਤਾਂ ਉੱਥੇ ਦੇ ਵੈਸੇ ਆਇਆ ਤਾਂ ਕੈਂਪ 'ਚ ਆਇਆ ਬਟਾਲੇ, ਉਦੋਂ ਸਾਨੂੰ ਮਿਲਦੇ ਸੀ ਆਟਾ ਮਿਲ ਜਾਂਦਾ ਸੀ, ਦਾਣੇ ਮਿਲ ਜਾਂਦੇ ਸੀ, ਆਟਾ ਮਿਲ ਜਾਂਦਾ ਸੀ, ਦਾਣੇ ਮਿਲ ਜਾਂਦੇ ਸੀ ਖਾਣ ਨੂੰ ਲੈ ਉੱਥੇ, ਅਤੇ ਬਾਕੀ ਅਸੀਂ ਕੋਸ਼ਿਸ਼ ਦਾ ਸਮਾਨ ਲੈ ਕੇ ਵੀ ਆਏ ਸਾਂ ਪੀਪਿਆਂ 'ਚ ਖਾਣ ਪੀਣ ਦਾ, ਖਾਣ ਪੀਣ ਦਾ ਬਣਾ ਕੇ ਵੀ ਕਿਤੇ ਰਾਜ ਖਾ ਲਵਾਂਗੇ, ਉਹ ਕੁਛ ਸਾਨੂੰ ਸਹਾਰਾ ਦਿੰਦਾ ਹੋਇਆ। ਅਤੇ ਰਾਜ ਬਾਰਿਸ਼ਾਂ ਵੀ ਹੋਈਆਂ ਸੀ, ਬਾਰਿਸ਼ਾਂ ਮੀਂਹ ਪਏ ਸੀ? ਬਾਰਿਸ਼ ਨਹੀਂ ਹੋਈ, ਤੁਹਾਡੇ ਵਾਲੇ ਪਾਸੇ ਨਹੀਂ ਹੋਈ, ਬਾਰਿਸ਼ ਤੋਂ ਅਸੀਂ ਬਚੇ ਰਹੇ। ਅੱਛਾ ਅੱਛਾ ਅੱਛਾ, ਅਤੇ ਜਿਨ੍ਹਾਂ ਦੇ ਜੀ ਘਰਾਂ ਦੇ ਮਰ ਜਾਂਦੇ ਸੀ ਉਹਨਾਂ ਦੀ ਹਾਲਤ ਤਾਂ ਬੜੀ ਖਰਾਬ ਹੋਣੀ ਹੈ। ਉਹ ਬਸ ਉੱਥੇ ਮਰੇ ਪਏ ਹੁੰਦੇ ਸਾਹਮਣੇ ਸਾਡੇ ਦੁਕਾਨ ਡਾਇ ਜੇ, ਹਾਏ ਹਾਏ, ਇਨਸਾਨ ਇਨਸਾਨ ਦਾ ਮਾਰੂ ਬਣ ਗਿਆ ਸੀ। ਮੈਂ ਕਿਹਾ ਜੀ ਉਹ ਅੱਲਾ ਵਕਤ ਕਿਸੇ ਤਰ੍ਹਾਂ ਨਾ ਮਿਲਿਆ ਹੋਵੇ, ਤੋਂ ਬਾਅਦ ਜੋ ਸਾਡੇ ਨਾਲ ਹਾਸ਼ਰ ਹੋਇਆ, ਇਹ ਹੋਇਆ ਕਿ ਮੈਂ ਬਟਾਲੇ ਹੋਂ ਚੌਧਰੀ ਵਾਲੇ ਸਾਂ, ਅਤੇ ਮੈਂ ਚੌਧਰੀ ਵਾਲਾ, ਮੇਰੀ ਦਾੜ ਦੁਖੇ, ਅਤੇ ਉਹ ਮੇਰੇ ਵਾਲਦ ਕਹਿਣ ਲੱਗਿਆ ਵੀ ਬਟਾਲੇ ਜਾ ਕੇ ਅਤੇ ਡਾਕਟਰ ਕੋਲ ਕਢਾ ਲਿਆ। ਉੱਥੇ ਜਦੋਂ ਕਾਫਲਾ ਬੈਠਾ ਸੀ ਨਾ, ਉਹ ਇੱਕ ਫੌਜੀ ਵੀ ਸਨ, ਦੋ ਐਵੇਂ ਹੀ ਵਰਦੀਆਂ ਪਾਈਆਂ ਰਿਟਾਇਰ ਫੌਜੀ, ਉਹ ਸਾਡੇ ਨਾਲ ਤੁਰ ਪੈਂਦੇ ਸਨ, ਅਤੇ ਅਸੀਂ ਹਫਾਜ਼ਤ ਨਾਲ ਚੱਲ ਜਾਂਦੇ, ਹਫਾਜ਼ਤ ਨਾਲ ਆ ਜਾਂਦੇ ਸਨ। ਇੱਕ ਦਿਨ ਇਹ ਹੋਇਆ ਕਿ ਅਸੀਂ ਗਏ ਇਕੱਠੇ ਹੋ ਕੇ, ਅਤੇ ਮੈਂ ਡਾਕਟਰ ਬਟਾਲਾ ਸਾਰਾ ਉਜੜਿਆ, ਡਾਕਟਰ ਕੋਈ ਨਾ ਮਿਲਬਾ, ਦੁਕਾਨਾਂ ਬੰਦ, ਬੁਰਾ ਹਾਲ,
ਕੁਛ ਚੀਜ਼ਾਂ ਅਸਾਂ ਲਈਆਂ, ਲੈ ਕੇ ਵਾਪਸ ਆਏ ਜਦੋਂ ਅਚਲ ਸੱਦੇ ਨਜ਼ਦੀਕ ਆਇਆ ਤਾਂ ਉੱਥੇ ਅੱਗੇ ਸਿੱਖ ਇਕੱਠੇ ਹੋਏ। ਅੱਛਾ, ਉਹਨਾਂ ਚਮਕਾਈਆਂ ਮਹਾਈ ਵਾਲੀਆਂ ਕਿਰਪਾਨਾਂ ਅਤੇ ਦਫ਼ਰੇ ਅਤੇ ਟਕਵੇ ਅਸੀਂ ਪਛਾਣ ਉੱਥੇ ਬਟਾਲੇ ਮੈਂ ਨਾਲ ਬਟਾਲੇ ਥੱਕ ਗਏ, ਡਿੱਗ ਪਏ ਕੋਲ ਸਾਡੇ ਮੇਰੇ ਨਾਲ ਸਾਡੇ ਪਿੰਡ ਦੇ ਘੁਮਿਆਰ ਸਨ, ਉਹ ਵਿਚਾਰੇ ਉਹਨਾਂ ਬੁੱਢੀਆਂ ਔਰਤਾਂ ਸਨ, ਉਹ ਬਟਾਲੇ ਬੈਠੀਆਂ ਸਨ ਅਤੇ ਉਹਨਾਂ ਨੂੰ ਆਪਣੇ ਪਿੰਡ ਲੈ ਕੇ ਤੁਰੇ ਜਾਂਦੇ ਸਨ ਅਤੇ ਚੱਲ ਸਾਡੇ ਪਿੰਡ ਨਿਕਲੀਏ ਤਾਂ ਉੱਥੇ ਕੋਈ ਖਤਰਾ ਨਹੀਂ, ਘੋੜਿਆ ਅਸੀਂ ਬਚ ਜਾਈਏ। ਉਹ ਸਾਰੀਆਂ ਉਹ ਲੈ ਕੇ ਵਾਪਸ ਜਾਂ ਉਹ ਤਾਂ ਉੱਥੇ ਹੀ ਕਤਲ ਹੋ ਗਿਆ ਨਾ ਜਦੋਂ ਅੱਗੋਂ ਪਏ ਉਹ ਕੁਮਾਰ ਜਿਹੜੇ ਨੇ ਅਸੀਂ ਪਛਾਣ ਨਸੇ, ਉਹ ਕੁਮਾਰ ਕਤਲ ਹੋ ਗਿਆ ਸਾਰੇ ਉੱਥੇ, ਉਹਨਾਂ ਉੱਥੇ ਹੀ ਕਤਲ ਕਰ ਦਿੱਤੇ ਮੁਸਲਮਾਨਾਂ ਅਚਲ ਦੇ ਦਿੱਤੇ। ਅਚਲ ਸਾਹਿਬ ਰਾਹ 'ਚ ਆਉਂਦਾ ਸੀ ਬਟਾਲੇ ਦਾ। ਅੱਛਾ, ਅਚਲ ਸਾਹਿਬ ਬਹੁਤ ਵੱਡਾ ਥੇ ਵੀ ਸੀ ਔਰ ਉੱਥੇ ਮੱਸਿਆ ਵੀ ਨਹਾਉਂਦੇ ਸੀ ਲੋਕ, ਸਿੱਖ ਉਹਨੂੰ ਮੰਨਦੇ ਸਨ, ਉਹਨਾਂ ਦੀ ਬੜੀ ਸੀ ਕਿਸੇ ਦੀ ਅਤੇ ਮੰਨਦੇ ਸਨ ਅਚਲ ਸਾਹਿਬ ਨੂੰ। ਉਸ ਤੋਂ ਬਾਅਦ ਜਨਾਬ ਇਹ ਹੋਇਆ ਕਿ ਮੈਂ ਵੀ ਨਾ ਥਾ ਕੇ ਪਛਾਣ ਜਾਊਗਾ, ਮੈਂ ਤਾਂ ਬਟਾਲਿਓ ਇੱਕ ਮੀਲ ਅਤੇ ਦੋ ਰਾਹ ਹੋ ਗਏ, ਇੱਕ ਜਾਂਦਾ ਸੀ ਜਿੱਥੇ ਸਾਡਾ ਕਾਫਲਾ ਬੈਠਾ ਸੀ, ਇੱਕ ਰਾਹ ਬਟਾਲੇ ਨੂੰ ਜਾਂਦਾ ਸੀ, ਉੱਥੇ ਮੈਂ ਤਾਂ ਡਿੱਗ ਪਿਆ। ਡਿੱਗ ਕੇ ਤਾਂ ਮੈਂ ਚਰੀ ਸੀ ਉਹਦੇ ਵਿੱਚ ਜਾ ਲੰਮਾ ਪਿਆ, ਮੈਂ ਕਿਹਾ ਯਾ ਗੌਸ ਪਾਕ ਜੇ ਅੱਜ ਬਚਾ ਲਿਆ ਤਾਂ ਮੈਂ ਤੁਹਾਨੂੰ ਦੇਗ ਦੇਵਾਂ ਜਾ ਕੇ। ਉਹ ਜਨਾਬ ਮੈਂ ਪਿਆ ਰਿਹਾ, ਉਹਨੇ ਜਦੋਂ ਮਿਲਟਰੀ ਚੱਕਰ ਕੱਟ ਰਹੀ ਸੀ ਮੈਨੂੰ ਆਵਾਜ਼ ਆਈ, ਮੇਰੇ ਨਜ਼ਦੀਕ ਆਈ ਤਾਂ ਮੈਂ ਉਹਨਾਂ ਦੇ ਹੱਥ ਜੋੜੇ, ਹੱਥ ਜੋੜੇ ਉਹਨਾਂ ਦੇ ਅਤੇ ਉਹਨਾਂ ਮੈਨੂੰ ਵਿੱਚ ਬਿਠਾ ਲਿਆ, ਠੇਲੇ ਦੇ ਵਿੱਚ ਬਿਠਾ ਲਿਆ। ਠੀਕ ਹੈ, ਠੇਲੇ 'ਚ ਬਿਠਾ ਕੇ ਨਾਲ ਹੀ ਵਾਪਸ ਫਿਰ ਅਸੀਂ ਵਾਪਸ ਚੌੜੀ ਵਾਲੇ ਨੂੰ ਆ ਰਹੇ, ਚੌੜੀ ਵਾਲੇ ਨਹੀਂ ਆਏ ਅਤੇ ਰੰਗਣ ਨੰਗਲ ਅੰਮੋ ਨੰਗਲ ਇੱਕ ਨਹਿਰ ਸੀ ਸਾਡੇ ਚੱਲਦੀ, ਉੱਥੋਂ ਹੀ ਉਹਨਾਂ ਵਾਪਸ ਪਾ ਕੇ ਨਾ ਉਹ ਆਪਣਾ ਆਪਣੀ ਗੱਡੀਆਂ ਤੋਂ ਵਾਪਸ ਮਸਾਣੀਆਂ ਸੀ ਉਸ ਮਸਾਣੀਆਂ 'ਚ ਲੈ ਗਿਆ, ਉੱਥੋਂ ਸਾਨੂੰ ਜਿਉਂ ਲੱਗਿਆ ਉਹਨਾਂ ਉਹ ਫਿਰ ਬਟਾਲੇ ਆਪ ਨੂੰ ਉਹ ਕਾਫਲੇ ਛੱਡ ਗਏ, ਇਸ ਤਰ੍ਹਾਂ ਤਾਂ ਮੈਂ ਬਚੇ। ਅਤੇ ਜਿਹੜੇ ਜਦੋਂ ਮੈਂ ਨਿਕਲਿਆ ਉਦੋਂ ਨਾ ਚਰੀਆਂ ਦੀਆਂ ਫੁੱਲਣੀਆਂ ਸ਼ੁਰੂ ਕਰਤੀਆਂ, ਚਰੀਆਂ ਨੂੰ ਫਰੋਲਣਾ ਸ਼ੁਰੂ ਕਰ, ਚਰੀਆਂ ਫੁੱਲਣੀਆਂ ਸ਼ੁਰੂ ਕਰਤੇ, ਉਹ ਜਿਹੜੇ ਮੁਸਲਮਾਨ ਮਾਰੀ ਜਾਣ ਜਿਹੜੇ ਉੱਥੇ ਲੋਕਾਂ ਦਾ ਮਾਰੀ ਜਾਣ, ਕੋਈ 10 ਬੰਦੇ 70-80 ਬੰਦੇ ਗਏ ਸਨ ਅਤੇ 10 ਬੰਦੇ ਬਚੇ, 70-80 ਬੰਦੇ ਗਏ ਸਨ ਬਟਾਲੇ, ਬਟਾਲੇ ਉਹ ਵਾਪਸੀ 'ਚ ਕਤਲ ਹੋ ਗਿਆ ਅਤੇ 10 ਬੰਦੇ ਜੀ ਬਟਾਲੇ ਕੈਂਪ 'ਚ ਪਹੁੰਚੇ, ਜਿਹੜੇ ਕੋਈ ਬਿਮਾਰ ਸੀ ਕੋਈ ਕਿਵੇਂ ਗਿਆ ਸੀ ਕੋਈ ਕਿਵੇਂ ਗਿਆ ਸੀ, ਉਹ 70-80 ਬੰਦਾ ਜਿਹੜਾ ਕੋਈ ਬਿਮਾਰ ਸੀ ਤੁਹਾਡੇ ਤਰ੍ਹਾਂ ਕਿਸੇ ਕਿਸਮ ਦਾ ਸੀ, ਕੋਈ ਸੌਦਾ ਲੈਣ ਵਾਲਾ ਸੀ, ਕੋਈ ਸੌਦਾ ਲੈਣ ਗਿਆ, ਤਕਲੀਫ ਵਾਲਾ ਸੀ ਕੋਈ, ਉਹ ਆਪਣੇ ਜ਼ਰੂਰ ਤਿਆਰ ਹੋ ਗਏ, ਉਹ 70 ਬੰਦਾ ਜਿਹੜਾ ਗਿਆ ਉਹਦੇ 'ਚੋਂ 10 ਵਾਪਸ ਪਹੁੰਚੇ, 10 ਵਾਪਸ ਜਿਹੜੇ ਸਨ ਉਹ ਉੱਥੇ ਪਹੁੰਚੇ, ਬਾਕੀ 60 ਬੰਦਾ ਕਤਲ ਹੋ ਗਿਆ ਰਾਹ 'ਚ। ਮੈਂ ਇਸ ਰਸਤੇ ਆਇਆ ਫਿਰ ਵਾਪਸ ਆਇਆ, ਪਿੰਡ ਮੇਰਾ ਦਿਸਦਾ ਸੀ ਪਿੰਡ ਚੌੜੀ ਵਾਲਾ ਉੱਥੋਂ ਨਹਿਰ ਤੋਂ, ਫਿਰ ਜਦੋਂ ਪਾ ਕੇ ਨਹਿਰੇ ਅਤੇ ਉਹ ਮਸਾਣੀਆਂ ਲਏ, ਮਸਾਣੀਆਂ ਤੋਂ ਮਿਲਟਰੀ ਪਈ ਉਹ ਸਾਨੂੰ ਬਟਾਲੇ ਮਿਲਦਾ। ਇੰਨਾ ਭੈੜਾ ਹਸ਼ਰ ਹੋਇਆ, ਇੰਨਾ ਭੈੜਾ ਹਸ਼ਰ, ਇਹਦੇ ਬਾਵਜੂਦ ਕਦੇ ਦਿਲ ਕੀਤਾ ਆਪਣਾ ਪਿੰਡ ਵੇਖਣ ਨੂੰ? ਪਿੰਡ ਵੇਖਣ ਨੂੰ ਜੀ ਪਿੰਡ ਹੈ ਹੀ ਕੁਛ ਨਹੀਂ, ਪਿੰਡ ਵੇਖਣ ਕੀ ਜਾਣਾ, ਪਿੰਡ ਹੋਵੇ ਕੁਛ ਦੇਖਣ ਵਾਸਤੇ ਜਾਏ, ਆਪਣੇ ਬਜ਼ੁਰਗਾਂ ਦੀ ਦਰਗਾਹ ਵੇਖਣ ਦਾ ਦਿਲ ਨਹੀਂ ਕਰਦਾ ਜੀ, ਤਾਂ ਕਰ ਜੀ ਉਹਨਾਂ ਦੀ ਹੁਣ ਕਰਨਾ ਜੀ, ਤਾਂ ਉੱਥੇ ਅੱਗੇ ਸਾਡੇ ਇੱਕ ਵਲੀ ਅੱਲਾ ਸਾਹਿਬ ਬਜ਼ੁਰਗ ਪੀ ਕਰਨਾਲ ਪੰਜਵਾਂ ਲਾਲ ਕੋਠੇ ਬੈਠੇ ਨੇ ਫੈਸਲਾਬਾਦ, ਉਹਨਾਂ ਦਾ ਦਾਦੇ ਦਾ ਉੱਥੇ ਬਾਜ਼ਾਰ ਸੀ, ਉੱਥੇ ਅਸੀਂ ਸਾਲ ਬਾਅਦ ਉਰਸ ਕਰਾਉਂਦੇ ਸਨ ਜਦੋਂ ਹੁੰਦੇ ਸਨ, ਉਦੋਂ ਅਸੀਂ ਗਏ ਸਾਂ ਵੀਜ਼ਾ ਬਣਵਾ ਕੇ ਅਤੇ ਬੰਦੇ ਨਾਲ ਕੁਆਲੀਫਿਕੇਸ਼ਨ ਲੈ ਕੇ, ਇੱਕ ਵਾਰ ਅਸੀਂ ਉਹ ਗਏ ਹਾਂ ਉੱਥੇ, ਯਾਨੀ ਆਪਣੇ ਪੀਰਾਂ ਦੇ ਨਾਲ। ਕਿਹੜੇ ਪਿੰਡ ਵਿੱਚ? ਗੁਰਦਾਸਪੁਰ।
ਗੁਰਦਾਸਪੁਰ ਗਏ ਆਪਣੇ ਪਿੰਡ ਚੌਧਰੀ ਵਾਲੇ ਨਹੀਂ ਗਏ? ਨਾ ਨਾ ਨਾ, ਤੁਹਾਨੂੰ ਵੀਜ਼ਾ ਲਵਾ ਦਈਏ ਫਿਰ ਚੌਧਰੀ ਵਾਲੇ ਦਾ? ਹਾਂਜੀ, ਚੌਧਰੀ ਵਾਲੇ ਦਾ ਵੀਜ਼ਾ ਲਵਾ ਦਈਏ। ਕੀ ਕਰਨਾ ਉੱਥੇ ਜਾ ਕੇ ਜੀ? ਚੌਧਰੀ ਵਾਲੇ ਉੱਥੇ ਹੈ ਹੀ ਕੁਛ ਨਹੀਂ, ਚੌਧਰੀ ਵਾਲੇ ਜਾਣ ਨੂੰ ਜੀ ਨਹੀਂ ਕਰਦਾ। ਉਪਤਾ ਗਿਆ, ਉਹ ਸ਼ੁਕਰ ਆ ਇਹਨਾਂ ਦਾ, ਚੌਧਰੀਆਂ ਦਾ ਆਸਰਾ ਮਿਲੇ ਹਾਂ ਅਤੇ ਅਸੀਂ ਹਾਂ ਇੱਥੇ ਬੈਠੇ, ਇਹਨਾਂ ਸਭ ਚੁੱਕ ਲਿਆ, ਇਹ ਸਾਡੇ ਪਿੰਡੋਂ ਆਏ ਸਰ। ਇੱਥੇ ਮਹਾਜਨ ਕੋਈ ਨਹੀਂ, ਸੱਤ ਸੌ ਸਵਾ ਇੱਕੋ ਹੀ ਪਿੰਡ ਆ ਮਹਾਜਨਾਂ ਦਾ, ਮੈਂ ਜੀ ਸ਼ਾਹ ਇਕੱਲੇ। ਲਓ ਜੀ, ਇੱਕ ਹੋਰ ਪੀੜ ਭਰੀ ਦਾਸਤਾਨ, ਇੱਕ ਹੋਰ ਦੁੱਖ ਭਰੀ ਦਾਸਤਾਨ ਤੁਸੀਂ ਸੁਣੀ ਪਿੰਡ ਚੌਧਰੀ ਵਾਲੇ ਦੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੀ। ਔਰ ਇਸੇ ਤਰ੍ਹਾਂ ਦੀ ਕਹਾਣੀਆਂ ਨੇ ਜਿਹੜੀਆਂ ਪਿੰਡ ਪਿੰਡ ਵਿੱਚ ਪਈਆਂ ਨੇ। ਅੱਜ ਅਸੀਂ ਜ਼ਿਲ੍ਹਾ ਲੈਲਪੁਰ ਵਿੱਚ ਆਏ ਹਾਂ, ਜਿੱਥੇ ਜਿੱਥੇ ਮਹਾਜਰ ਬੈਠੇ ਨੇ, ਜਾ ਕੇ ਇਹੋ ਜਿਹੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ। ਔਰ ਖਿਆਮ ਚੌਹਾਨ ਇਹੋ ਜਿਹੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਔਰ ਮੈਂ ਬਹੁਤ ਹੀ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਾਂਗਾ ਆਪਣੇ ਦੋਸਤ ਅਕਬਰ ਗੁੱਜਰ ਦਾ, ਜਿਹੜੇ ਇਹ ਸਾਰੀ ਚੀਜ਼ਾਂ ਮੈਨੇਜ ਕਰਦੇ ਨੇ ਔਰ ਜਾ ਕੇ ਅਸੀਂ ਰਿਕਾਰਡਿੰਗ ਕਰੀ ਦੀਏ। ਅਤੇ ਅਗਲੀ ਵਾਰ ਫਿਰ ਕਿਸੇ ਬਜ਼ੁਰਗ ਦੇ ਨਾਲ ਮਿਲਾਂਗੇ ਤੁਹਾਨੂੰ। ਉਹ ਕਹਾਣੀ ਜਿਹੜੀ ਹੈ ਨਾ ਉਹ ਆਉਂਦੀ ਹੈ ਯਾਦ, ਪੀੜਾਂ ਨਿਕਲਦੀਆਂ, ਪੀੜਾਂ ਨਿਕਲਦੀ, ਉਹ ਕਹਾਣੀ ਯਾਦ ਆਉਂਦੀ ਹੈ। ਉਹ ਜਿਹੜੀ ਦਾਸਤਾਨ ਦੇ ਗਮ ਗਾਉਂਦੀ ਆ, ਕਿਸੇ ਨੂੰ ਸੁਣਾਵਾਂ ਦਾਸਤਾਨਾਂ ਬੀਤੀਆਂ, ਹਜ਼ਾਰਾਂ ਮੁਸਲਮਾਨਾਂ ਨੇ ਕੁਰਬਾਨ ਜਾਨਾਂ ਦਿੱਤੀਆਂ, ਰਾਫੀ ਲੱਫਾਂ ਮਾਰਦੀ ਪਾ ਕਰ ਜਾਨਾਂ। ਸੁਣਾਓ ਸੁਣਾਓ ਫਿਰ ਸਾਨੂੰ ਸੁਣਾਓ ਸੁਣਾਓ ਸਾਨੂੰ ਇਹ ਸੁਣਾਓ ਦਾਸ ਗਾਉਂਦੀਆਂ ਦਾਸਤਾਂ ਗਾਉਂਦੀਆਂ, ਕਿਸ ਨੂੰ ਸੁਣਾਵਾਂ ਬੀਤੀਆਂ, ਹਜ਼ਾਰਾਂ ਮੋਮਨਾ ਕੁਰਬਾਨ ਜਾਮਣਾ ਕੀਤੀ, ਰਾਵੀ ਲੱਫਾਂ ਮਾਰਦੀ ਲੇਕਿਨ ਮੁਸਲਮਾਨਾਂ ਆਪਣੀਆਂ ਕੁਰਬਾਨੀਆਂ ਕੀਤੀਆਂ ਜੀ। ਰਹੀ ਹਯਾਤੀ ਫਿਰ ਮਿਲਾਂਗੇ, ਕੁਝ ਪੁੱਛਾਂ ਕੁਝ ਦੱਸਾਂਗੇ। ਰਹੀ ਹਯਾਤੀ ਫਿਰ ਮਿਲਾਂਗੇ, ਕੁਝ ਪੁੱਛਾਂ ਕੁਝ ਦੱਸਾਂਗੇ, ਦੁੱਖ ਸੁੱਖ ਸਾਰੇ ਸਾਂਝੇ ਆਪਣੇ, ਮਿਲ ਕੇ ਰੋਵਾਂ ਹੱਸਾਂਗੇ, ਤੁਹਾਨੂੰ ਕਰਾਂਗੇ ਰੱਬ ਸੋਹਣੇ ਦੇ ਹਵਾਲੇ, ਫਿਰ ਮਿਲਾਂਗੇ, ਅੱਲਾ ਬੇਲੀ।